ਪ੍ਰਧਾਨ ਜੀ ਸਹੀ ਕਹਿੰਦਾ, ਨਾਲੇ ਤੁਹਾਡੀ ਜ਼ਮੀਨ ਜਾਊ, ਨਾਲੇ ਪੈਸਾ ਨਹੀਂ ਮਿਲਣਾ ਤੇ ਨਾਲੇ ਇੱਕ ਅੱਧੇ ਦਾ ਕਾਤਲ ਹੋ ਜੂ। ਅੱਛਾ ਅੱਛਾ, ਤੂੰ ਕੱਲਾ ਘੱਟ ਸੀ ਜਿਹੜਾ ਸਿੰਗਲ ਹੱਡੀ ਬੀੜੀ ਜੀ ਨੂੰ ਨਾਲ ਲੈ ਕੇ ਆਇਆ ਹੈ। ਮੰਨ ਜਾ, ਇਹੀ ਵੈ ਪੈਜੂਗਾ। ਮਾਂ, ਤੈਨੂੰ ਪਹਿਲਾਂ ਵੀ ਕਿਹਾ, ਇਹਨੂੰ ਤਾਂ ਡਰਨ ਦੀ ਲੋੜ ਨਹੀਂ। ਜੇ ਤੈਨੂੰ ਕਹਿ ਹੀ ਦਿੱਤਾ ਇੱਕ ਵਾਰੀ ਵਿੱਚ ਜ਼ਮੀਨ ਨਹੀਂ ਵੇਚਣੀ ਤੇ ਫਿਰ ਹੁਣ ਵਾਰੀ ਵਾਰੀ ਕਹਾਉਣਾ ਚੰਗਾ? ਉਹ ਬਿਕਰਾ, ਉਹ ਤੈਨੂੰ ਮੈਂ ਕਿਹਾ ਸੀ ਵੀ ਨਾਲ ਚੱਕ ਲੈਂਦੇ ਤਿਆਰ। ਕੁੱਤੇ ਦੀ ਪੂਛ ਕਦੇ ਸਿੱਧੀ ਨਹੀਂ ਹੁੰਦੀ ਹੁੰਦੀ। ਕੋਈ ਗੱਲ, ਕੁੱਤੇ ਵੀ ਨਾ ਇਹ ਸਰਪੰਚ ਦਾ। ਕੋਈ ਗੱਲ ਨਹੀਂ, ਕੁੱਤੇ ਦੀ ਪੂਛ ਜੇ ਨਹੀਂ ਸਿੱਧੀ ਹੁੰਦੀ ਨਾ ਤਾਂ ਫਿਰ ਆਪਾਂ ਕਰ ਲਾਂਗੇ, ਕੋਈ ਟੈਨਸ਼ਨ ਨਾ ਲੈ। ਰੀਤ, ਪ੍ਰਧਾਨ ਸਹੀ ਕਹਿੰਦਾ, ਦੇਖ ਲੈ ਹੁਣ ਮੌਕਾ ਨਾ ਖੰਜਾਓ ਤੁਸੀਂ। ਜੇ ਇਹ ਆਪਦੀ ਆਈ ਤੇ ਆ ਗਿਆ ਫਿਰ ਕੰਮ ਗਲਤ ਹੋ ਜੂ। ਪ੍ਰਧਾਨ ਬਣਾਇਆ ਕੀ ਨਹੀਂ ਹਲੇ, ਤਾਂ ਉਹ ਹੀ ਫਿਰਦਾ ਵਿੱਚ। ਤੈਨੂੰ ਨਹੀਂ ਪਤਾ ਫਿਰ ਹਜੇ। ਪ੍ਰਧਾਨ ਜੀ, ਫਿਰ ਹੁਣ ਇਹ ਤੋਂ ਬਾਅਦ ਕਿਤੋਂ ਕੰਮ ਲਵਾਂਗੇ ਜੇ ਹੁਣ ਹੀ ਚਬਰ ਚਬਰ ਬੋਲੀ ਜਾਂਦੀ ਹੈ। ਮੈਂ ਤੈਨੂੰ ਕਿਹਾ ਸੀ ਪ੍ਰਧਾਨ ਜੀ ਮਰ ਜੂਗੀ, ਰਹਿਣ ਦੇ। ਦੱਸ ਕੀ ਕਹਿੰਦੀ ਸੀ? ਅਤੇ ਬਿੱਕਰ ਨੇ ਕਹਿਤਾ ਤੈਨੂੰ ਮਾਰ ਕੇ ਜਾਂਦਾ ਮੈਂ ਬੁੜੀਏ। ਦੱਸ ਤੂੰ ਐ ਕਰ, ਰੀਤ ਚੁੱਪ ਕਰਕੇ ਸਾਈਨ ਕਰ ਦੇ ਪ੍ਰਧਾਨ ਦੇ ਹੱਕ ਚ ਜੇ ਜਾਨ ਬਚਾਉਣੀ ਹੈ। ਕੱਲ ਨੂੰ ਕਚਹਿਰੀ ਚ ਆ ਜਾਓ। ਦੋ ਚਾਰ ਦਿਨ ਤਾਂ ਆਰਾਮ ਕਰਨ ਦੇ, ਚੱਲਣ ਜੋਗੀ ਤਾਂ ਹੋਣ ਦੇ। ਚੁੱਪ ਕਰਕੇ ਸਾਈਨ ਕਰ ਦਿਓ ਰੋਜ਼। ਇਹ ਗੁੱਸਾ ਇੰਨਾ ਚੜੀ ਨਾ ਇੱਥੇ ਕਾਰੀ ਤੇ ਨਾ ਬਿਕਰਾ ਨਾ ਨਾ ਨਾ। ਜੇ ਇਹ ਮਾਰਤੀ ਤੇ ਫਿਰ ਸਾਈਨ ਕੌਣ ਕਰੂ? ਜ਼ਮੀਨ ਆਪਣੇ ਨਾਂ ਕੌਣ ਕਰਾਊ? ਮੈਨੂੰ ਕਹਿਆ ਅਜੇ ਪੈਸਾ ਮਿਲੂਗਾ ਤਲਾਏ ਬਿੱਕਾ। ਰੀਤ, ਪੈਸੇ ਵੀ ਮਿਲ ਜਾਣਗੇ, ਸਭ ਕੁਝ ਮਿਲ ਜੂ। ਹੁਣ ਐਵੇਂ ਨਾ ਜਾ ਜਾਨ ਗਵਾ ਬੈਠੀ, ਸਮਝਾ ਦੇ ਮਾਈ ਇਹਨੂੰ। ਪੁੱਤ ਜੇ ਮੰਨ ਜਾਂਦੀ ਤਾਂ ਆ ਕੁਛ ਤਾਂ ਨਾ ਹੁੰਦਾ। ਲੱਤਾਂ ਤੜਵਾ ਕੇ ਹੁਣ ਠੀਕ ਹੈ ਜੀ? ਦੱਸ ਹੁਣ ਸਰਪੰਚ ਆ ਗਿਆ? ਬੇਬੇ ਹੁਣ ਤਾਂ ਚਾਹੇ ਮੈਨੂੰ ਮਾਰ ਦੇ ਪਰ ਜ਼ਮੀਨ ਨਹੀਂ ਮੈਨੂੰ ਦਿੰਦੀ। ਆਹ ਤਾਂ ਮਰਿਆਂ ਦਾ ਵਾਧਾ ਹੋ ਗਿਆ, ਲੱਤਾਂ ਤੋੜ ਗਿਆ। ਕੁਛ ਨਹੀਂ ਹੋਇਆ ਬੇਬੇ ਮੈਨੂੰ, ਹੋ ਜੂ ਮੈਂ ਸੈੱਟ। ਅਜੇ ਕਹਿੰਦੀ ਕੁਛ ਨਹੀਂ ਹੋਇਆ, ਆ ਹੋਇਆ ਨੀ? ਲੱਤਾਂ ਵਾਲਾ ਤਾਂ ਪਿੰਜਰ ਬਣਾਤਾ, ਮੰਨ ਲੈਂਦੀ ਗੱਲ। ਮਾਂ ਮੈਂ ਨੀ ਉਹਨਾਂ ਦੀ ਕੋਈ ਵੀ ਗੱਲ ਮੰਨਦੀ। ਚੰਗਾ ਫਿਰ ਪਈ ਰਹੀ ਹੁਣ 6 ਮਹੀਨੇ ਮੰਜੇ ਤੇ। ਨਾਲੇ ਮੈਨੂੰ ਪਤਾ ਨੀ ਕੀ ਕਿਹੜੇ ਮੱਥੇ ਲੱਗਾ ਸੀ ਜਿੱਦਾਂ ਇਹ ਜੰਮੀ ਸੀਗੀ, ਜਿਹੜੀ ਗੱਲ ਹੀ ਨੀ ਮੰਨਦੀ, ਨਾ ਮੇਰੀ ਮੰਨੇ, ਉਹ ਸਰਪੰਚ ਆਇਆ ਸੀ ਨਾ ਉਹਦੀ ਮੰਨੀ। ਆ ਦੇਖ ਲਾ ਹੁਣ ਉਹਦਾ ਨਤੀਜਾ ਦੇਖ ਲਾ। ਮਾਂ ਤੂੰ ਤਾਂ ਚੁੱਪ ਕਰ ਜਾ। ਹਾਂ ਮੇਰੇ ਵੀ ਪਾਪ ਕਰੇ ਹੋਏ ਆ, ਤੈਨੂੰ ਜੰਮਿਆ ਜਦੋਂ। ਕੁੜੀਏ ਇੰਨੀ ਜਿੱਦ ਨਾ ਫੜ, ਫੜ ਰੱਖੀਏ ਜਿੰਨੀ ਤੂੰ ਜਿੱਦ। ਇੱਕ ਗੱਲ ਤੇ ਜਾਈ ਜਾਣੀ, ਮੈਂ ਨੀ ਕਰਨੇ ਚਾਹੀਨ, ਮੈਂ ਨੀ ਕਰਨੇ। ਤੂੰ ਮੇਰੀ ਗੱਲ ਮੰਨ, ਤੇ ਉਹਦੇ ਫੋਨ ਆ ਜਾਂਦੇ ਵਾਰੀ ਵਾਰੀ, ਹੁਣ ਮੈਂ ਕੀ ਜਵਾਬ ਦੇਵਾਂ? ਜਿਹੜਾ ਜਵਾਬ ਦੇਣਾ ਬੇਬੇ ਦੇ ਦੇ, ਸਿੱਧਾ ਨਾਂ ਦਾ ਜਵਾਬ ਦੇ ਅਗਲੇ ਨੂੰ ਵੀ ਨਹੀਂ ਵੇਚਣੀ ਜ਼ਮੀਨ। ਜ਼ਮੀਨ ਤਾਂ ਨਹੀਂ ਵੇਚਣੀ, ਤੂੰ ਆਈ ਮੰਨ ਲੈ ਜੇ ਆਪਣੇ ਕੋਲ ਹੁੰਦੀ ਨਾ ਫੇਰ ਕੀ ਕਰ ਲੈਂਦੇ ਆਪਾਂ, ਫੇਰ ਕੀ ਵੇਚਦੇ? ਤੇ ਹੁਣ ਆਪਾਂ ਨੂੰ 90 ਲੱਖ ਵੀ ਦੇ ਰਿਹਾ ਅਗਲਾ, ਹੋਰ ਕੀ ਚਾਹੀਦਾ ਗਾ? ਨਾਲੇ ਆਪਣੀ ਜਾਨ ਬਚੂ, ਕੱਲੀਆਂ ਕਹਿ ਰਹੀਆਂ ਆਪਾਂ ਤੀਵੀਆਂ, ਕੋਈ ਬੰਦਾ ਹੋਵੇ ਫੇਰ ਵੀ ਹੈ, ਅਗਲਾ ਇਹੀ ਤਾਂ ਲਾ ਸਕਦਾ ਵੀ ਕੱਲੀਆਂ ਨੇ। ਬੇਬੇ ਤੇਰੇ ਤਾਂ ਨਾ 90 ਲੱਖ ਦੇ ਕੇ ਅੱਖਾਂ ਖੜੀਆਂ ਰਹਿ ਗਈਆਂ,
ਤੈਨੂੰ 90 ਲੱਖ ਦਿੰਦਾ ਤੇ ਤੈਨੂੰ 3 ਕਿੱਲੇ ਨੀ ਦਿੰਦੇ ਹੈਗੇ ਵੀ ਜਵਾਕ ਦੀ ਜ਼ਮੀਨ ਵੀ ਖੋਈ ਜਾਂਦੀ ਆ। ਮੈਨੂੰ ਜਵਾਕ ਵੀ ਦਿੰਦਾ ਪੈਸੇ ਤੂੰ ਕੱਲ ਨੂੰ ਖਤਮ ਕਰਦੇਗੀ ਜ਼ਮੀਨ ਨੀ ਬਣਦੀ ਹੈਗੀ ਨਾਲੇ। ਨਹੀਂ ਮੈਂ ਕਾਹਦੇ ਨਾਲ ਖਤਮ ਕਰ ਦੂ, ਮੈਂ ਤਾਂ ਨਹੀਂ ਜਵਾਕ ਦਾ ਕੁਛ ਬਣ ਜੂਗਾ, ਪੈਸਾ ਕਿਹੜਾ ਥੋੜਾ ਕਿਤੇ ਬਣਦਾ ਇੰਨਾ ਪੈਸਾ, ਤੂੰ ਆਪ ਦੱਸ। ਫਿਰ ਉਹ ਕਿਹੜਾ ਭੱਜੇ ਜਾਂਦੇ ਨੇ 3 ਕਿੱਲੇ, ਜੇ ਉਹ ਪਾਏ ਨੇ ਉਹ ਤਾਂ ਜਦ ਮਰਜ਼ੀ ਵੇਚ ਕੇ ਉਨੇ ਪੈਸੇ ਫੇਰ ਆ ਜਾਣਗੇ, ਅੱਗੇ ਅੱਗੇ ਰੇਟ ਵਧੂਗਾ ਹੀ, ਘਟਦਾ ਨੀ ਹੈਗਾ। ਨਾਲੇ ਤੈਨੂੰ ਦੱਸਿਆ ਸੀ ਸਰਪੰਚ ਨੇ ਵੀ ਉੱਥੇ ਕੀ ਬਣਨਾ। ਸਰਪੰਚ ਸਰਪੰਚ ਕਰੀ ਜਾਂਦੀ, ਕਈ ਵਾਰੀ ਫੋਨ ਲਾ ਤਾਂ ਆਇਆ ਸਰਪੰਚ, ਕੀ ਕਰਨਾ ਉਹਨੇ ਆ ਕੇ ਸਰਪੰਚ ਨੇ। ਉਹ ਫੋਨ ਤਾਂ ਨੀ ਚੱਕਦਾ ਹੈਗਾ, ਕਿਤੇ ਬੀਜੀ ਹੋਣਾ, ਕਿਤੇ ਬਾਹਰ ਗਿਆ ਹੋਣਾ, ਜੇ ਪਿੰਡ ਚ ਹੁੰਦਾ ਨਾ ਹੁਣ ਤਾਂ ਭੱਜਿਆ ਆਉਂਦਾ ਬਾਹਰ। ਆਹੋ ਚੰਨੀ ਤੈਨੂੰ ਚੰਗਾ ਲੱਗਣ ਇੰਨੇ ਮਿੰਟ ਚ, ਤੇ ਸਰਪੰਚ ਚ ਪਤਾ ਨੀ ਕੀ ਬੁਰਾਈ ਦੇਖਦੀ ਆ। ਚੰਗਾ ਚੁੰਗਾ ਨੀ ਮੈਨੂੰ ਲੱਗਦਾ ਹੈਗਾ, ਮੈਂ ਡਰਦੀ ਆ, ਮੇਰਾ ਦੋਤਾ ਮੈਨੂੰ ਚਾਹੀਦਾ, ਤੂੰ ਮੈਨੂੰ ਚਾਹੀਦੀ ਆ, ਤੇਰਾ ਕੋਈ ਬਣ ਜੇ ਘਰ ਬਾਰ ਦਾ ਕੋਈ ਹੀਲਾ, ਮੈਨੂੰ ਫੇਰ ਸੁਰਖਰੂ ਹੋ ਜਾ ਮੈਂ, ਤੂੰ ਕਿਸੇ ਗੱਲ ਨੂੰ ਆ ਨੀ ਕਰਦੀ ਹੈਗੀ। ਨਾ ਤੇਰੇ ਦੋਤੇ ਨੂੰ ਕੁਛ ਹੋਵੇ, ਨਾ ਮੈਨੂੰ ਕੁਛ ਹੋਵੇ, ਤੈਨੂੰ ਮੈਂ ਬਹੁਤ ਵਾਰੀ ਕਿਹਾ ਵੀ ਜਿੰਨੇ ਸਾਰ ਆਪਣੇ ਪਾਏ ਨੇ ਨਾ ਉਹਨੇ ਤਾਂ ਭੋਗਣਾ ਹੀ ਆਪਾਂ, ਠੀਕ ਆ। ਤੂੰ ਕਿਸੇ ਦੀ ਉਮਰ ਆਪ ਤੋਂ ਨੀ ਲਾ ਸਕਦੀ ਹੈਗੀ, ਨਾਲੇ ਚੰਨੀ ਕਿਸੇ ਨੂੰ ਐ ਮਾਰ ਨੀ ਸਕਦਾ। ਮੈਂ ਤਾਂ ਕੌਣ ਲਾਉਣ ਵਾਲੀ ਆ ਪੁੱਤ, ਪਰ ਮੈਂ ਤਾਂ ਡਰਦੀ ਆ, ਡਰ ਡਰ ਕੇ ਟਾਈਮ ਪਾਸ ਕਰਦੀ ਆ। ਜੇ ਤੂੰ ਕੋਈ ਗੱਲ ਦਾ ਮੂੰਹ ਸਿਰ ਕਰੇ ਤਾਂ ਮੈਂ ਵੀ ਆਪਦੇ ਘਰ ਨੂੰ ਵਗ ਜਾ, ਕਿੰਨੇ ਚਿਰ ਹੋ ਗਿਆ ਆਈ ਨੂਰੇ ਬੈਠੀ ਨੂੰ। ਬੇਬੇ ਆ ਜਾਂਦੇ ਸਰਪੰਚ ਨੂੰ, ਕਰਦੇ ਕੋਈ ਗੱਲ, ਕਿਉਂ ਇੰਨੀ ਜਿੱਦ ਤੂੰ ਵੀ ਫੜੀ ਹੋਈ ਆ। ਮੈਨੂੰ ਤਾਂ ਲੱਗਦਾ ਨਾ ਮੇਰੇ ਸਾਰੇ ਦੁਸ਼ਮਣ ਹੋ ਗਏ, ਕਦੇ ਕਦੇ ਐਂ ਲੱਗਦਾ ਮੇਰੀ ਤਾਂ ਮਾਂ ਵੀ ਚੰਨੀ ਨਾਲ ਦੀ ਹੋਈ ਬੈਠੀ ਆ, ਤੂੰ ਵੀ ਮੇਰੀ ਬੈਰਨ ਬਣ ਗਈ। ਲੈ ਚੰਨੀ ਤਾਂ ਮੇਰੀ ਮਾਸੀ ਦਾ ਮੁੰਡਾ ਹੈ ਨਾ, ਨਾਲ ਦੀ ਹੋਈ ਬੈਠੀ ਆ, ਤੂੰ ਫੋਨ ਲਾ ਕੇ ਦੇਖ ਹੁਣ ਫੇਰ ਸਰਪੰਚ ਨੂੰ। ਜਾ ਲੈ ਆ ਕਿੱਥੇ ਪਿਆ ਫੋਨ ਚੱਕ ਕੇ, ਇੱਥੇ ਨਹੀਂ ਤੇਰੇ ਕੋਲੇ ਨਾ, ਚੱਲ ਮੈਂ ਲਿਆਉਣੀ ਆ। ਕਿਹੜਾ ਸਮਝਾਵੇ ਬੇਬੇ ਨੂੰ, ਇਹ ਤਾਂ ਬੁੱਤ ਚ ਜਮਾ ਨਹੀਂ ਵੜਦੀ ਹੈਗੀ, ਬਸ ਡਰਦੀ ਰਹੂੰਗੀ। ਸਰ ਆ ਲੈ ਫੜ, ਲਾ ਫੋਨ ਹੁਣ ਸਰਪੰਚ ਨੂੰ। ਚੁੱਕੇ ਫਿਰ ਹੁਣ ਲਾਣੀ ਆ ਦੁਬਾਰਾ, ਖੜ ਜਾ। ਮੈਂ ਤਾਂ ਖੜੀ ਹੋਈ ਪਈ ਆ। ਨਾ ਬੇਬੇ ਚੱਕਦਾ ਨੀ, ਮੈਨੂੰ ਪਤਾ ਉਹ ਤਾਂ ਗੱਲਾਂ ਵਾਲਾ ਹੀ ਆ ਬੰਦਾ, ਚੱਕੀ ਖੜਾ ਉਹਦਾ ਫੋਨ। ਅੱਛਾ ਉਹ ਗੱਲਾਂ ਵਾਲਾ, ਹੋਰ ਕੀ ਹੈਗਾ ਫਿਰ ਹੁਣ। ਤੇ ਚੰਨੀ ਚੰਗਾ ਹੋ ਗਿਆ ਅੱਜ ਹੈ? ਮੈਂ ਚੰਗਾ ਵੀ ਨੀ ਕਹਿੰਦੀ ਹੈਗੀ, ਵੀ ਤੂੰ ਵੀ ਮਾੜਾ ਮੋਟਾ ਮੋੜ ਪਾ ਲਾ ਉਹਦੀ ਜਿੱਦ ਨੂੰ। ਬੇਬੇ ਮੇਰੇ ਤੋਂ ਮੋੜ ਪੈਂਦਾ ਨੀ, ਤੈਨੂੰ ਡਰ ਲੱਗਦਾ ਤੂੰ ਪਿੰਡ ਵਗ ਜਾ ਬਸ, ਜਾਂ ਭਰਾ ਕੋਲ ਵਗ ਜਾ, ਫਿਰ ਮੈਨੂੰ ਤਾਂ ਜਾਣਾ ਹੀ ਪਊਗਾ। ਹਾਂ ਵਗ ਜਾ ਫਿਰ ਜਾ। ਨੀ ਮੈਂ ਐਂ ਕਹੀ ਸੀ ਤੇਰਾ ਹੋ ਜਾਂਦਾ ਨਾ ਕੋਈ ਗੱਲਬਾਤ ਵਿਆਹ ਦੀ, ਸਿਰੇ ਲੱਗੇ ਨੀ ਕਹਾਣੀ, ਫਿਰ ਮੈਨੂੰ ਫਿਕਰ ਘੱਟ ਜਾਂਦਾ। ਕੀ ਫਿਕਰ ਘੱਟ ਜਾਂਦਾ, ਜੇ ਅਗਲੇ ਨੇ ਮਾਰਨਾ ਫਿਰ ਸਾਨੂੰ ਦੋਹਾਂ ਨੂੰ ਵੀ ਮਾਰ ਜੂ। ਐ ਕਿਵੇਂ ਮਾਰ ਜੂ, ਬਰਾਬਰ ਲੜੂਗਾ ਨੀ ਅਗਲਾ ਫਿਰ। ਬਰਾਬਰ ਕੀ ਲੜੂਗਾ, ਜੇ ਤੂੰ ਡਰਦੀ ਜਦ ਮੌਤ ਹੀ ਆ ਗਈ ਫਿਰ ਤਾਂ ਮਾਰੂਗਾ ਹੀ ਅਗਲਾ, ਜਦ ਕਾਲੇ ਆ ਗਏ ਕਿਸੇ ਦਾ। ਓਹੋ ਰੱਬਾ, ਕਿੱਥੇ ਫਸਾਤਾ ਮੈਨੂੰ, ਇੱਥੇ ਕਿਉਂ ਆਉਣਾ ਸੀ ਮੈਂ? ਮੈਂ ਤਾਂ ਤੇਰੀ ਮਾਰੀ ਆ ਜਾਂਦੀ ਆ ਵੀ ਇਕੱਲੀ ਰਹਿੰਦੀ ਆ ਵਗ ਜਾ। ਚੱਲ ਜਵਾਕ ਤਾਂ ਉੱਥੇ ਹੈਗਾ ਮੈਨੂੰ ਪਤਾ, ਹੈ ਤੇ ਤੂੰ ਕਿਹੜਾ ਗੱਲ ਕੋਈ ਮੇਰੀ ਸੁਣਦੀ ਆ ਨਾ ਮੰਨਦੀ ਹੈਗੀ। ਬੇਬੇ ਦੇਖ ਜ਼ਮੀਨ ਤਾਂ ਮੈਂ ਉਹਨੂੰ ਕੀ ਉਹ ਕਾਲ ਨਹੀਂ ਦਿੰਦੀ ਹੈਗੀ, ਠੀਕ ਆ। ਚੰਨੀ ਚਾਹੇ ਆਪ ਮਰੇ ਚਾਹੇ ਮੈਨੂੰ ਮਰੇ, ਜੋ ਮਰਜ਼ੀ ਹੋ ਜੇ। ਨਾ ਜੇ ਨਾ ਹੀ ਹੁੰਦੀ ਆ ਤੇਰੇ ਕੋਲ ਜ਼ਮੀਨ ਫੇਰ ਕੀ ਕਰਦੀ? ਆ ਗੱਲ ਜੀ ਨਾ ਕਰੇ। ਹਾਂ ਹੋਰ ਕੀ ਆ, ਨਾ ਹੁੰਦੀ ਜ਼ਮੀਨ ਲਾ ਛੱਡੀ ਆ ਉਹ ਤੇਰੇ ਨਾਲ ਜਾਊਗੀ। ਬੇਬੇ ਨਾਲ ਤਾਂ ਚੰਨੀ ਦੇ ਵੀ ਨਹੀਂ ਜਾਂਦੀ ਹੈਗੀ, ਉਹਦੀ ਤਮਾ ਦੇਖ ਲਾ ਉਹ ਕਿਵੇਂ ਦੂਜੇ ਦੀ ਜ਼ਮੀਨ ਤੇ ਨੀਤ ਰੱਖੀ ਬੈਠਾ,
ਤੇ ਮੈਂ ਆਪਦੀ ਚੀਜ਼ ਕਿਵੇਂ ਛੱਡਦਾ? ਤੂੰ ਪੈਸੇ ਵੀ ਕਿੰਨੇ ਦਿੰਦਾ? ਐਂ ਤਾਂ ਦੇਖ ਲਾ 90 ਲੱਖ ਦਿੰਦਾ, ਥੋੜਾ ਹੁੰਦਾ ਕਿਤੇ? ਹਾਏ ਬੇਬੇ ਖਾ ਲਿਆ ਨੀ, ਉਹੀ ਪੈਸੇ ਦਾ 90 ਲੱਖ ਨੇ ਖਾ ਲਿਆ ਤੇਰੇ, 90 ਲੱਖ ਨੇ, 90 ਲੱਖ ਨਾ ਕਿਤੇ 90 ਕਰੋੜ ਹੋ ਗਿਆ ਉਹ। ਉਹੀ ਆਪਾਂ ਪ੍ਰਭ ਵਾਸਤੇ ਖਰੀਦਣੀ ਹੈ, ਹੋਰ ਖਰੀਦਣਾ ਡਬਲ ਹੋ ਜੂ ਸਮਾਂ ਦੀ? ਆਹੋ ਡਬਲ ਹੋ ਜੂ, ਉੱਥੇ ਸਾਗ ਵੀ ਨਹੀਂ ਲੱਗਿਆ ਕਰਨਾ ਹੈਗਾ, ਉਹ ਤਾਂ ਆਪਦੇ ਸਾਰੇ ਆ ਸਾਰੀ। ਜਦੋਂ ਆਪਾਂ ਬਹਾਈ ਰੌਣੀ ਕਰਾਈ ਉਸੇ ਤੇ ਦੇਖੀ। ਕੁਛ ਨੀ ਹੁੰਦਾ ਬੇਬੇ, ਟਿੱਬੇ ਵਾਲੀ ਜ਼ਮੀਨ ਦਊ ਜਿੱਥੇ ਕੁਛ ਨੀ ਲੱਗਦਾ ਹੈਗਾ, ਮਾਰੀ ਜਾਂਦੀ ਆਪਦੀਆਂ। ਤੈਨੂੰ ਭੋਲਾ ਹੀ ਲੱਗਦਾ ਨਾ, ਬਹੁਤ ਖਰਾਬ, ਜਿੰਨਾ ਨਿੱਕਾ ਉਨਾ ਹੀ ਤਿੱਖਾ ਉਹ ਟਿੰਡਾ ਜਾ। ਮੈਂ ਹੁਣ ਉਹਨੂੰ ਜਵਾਬ ਕੀ ਦਵਾਂ ਮੈਨੂੰ ਦੱਸ? ਜਵਾਬ ਕੀ ਦੇਣਾ, ਸਿੱਧਾ ਦੇ ਦੇ ਜਵਾਬ ਅਗਲੇ ਨੂੰ ਵੀ ਆਉਂਦੀ ਨੀ ਉਹ ਵੀ ਤੇਰੀ ਬੂਆ ਅੱਗੇ। ਚੱਲ ਠੀਕ ਹੈ ਫਿਰ, ਫਿਰ ਮੈਂ ਤਾਂ ਜਾਣੀ ਆ, ਮੈਂ ਇੱਥੋਂ ਨਹੀਂ ਜੱਬ ਖਾਨੇ ਚ ਪਿਆ ਦਿੰਦਾ। ਕਿੰਨੇ ਦਿਨ ਹੋ ਗਏ ਇਹੀ ਚਿੜਚ ਹੋ ਜਾਂਦੀ, ਆਹੀ ਗੱਲ ਹੀ ਨਹੀਂ ਮੁੱਕਦੀਗੀ। ਕੋਈ ਨਾ ਬੇਬੇ, ਮੈਂ ਤਾਂ ਨਾ ਕਿਸੇ ਨੂੰ ਰੋਟੀ ਬਣਾ ਵਾਲੇ ਨੂੰ ਰੱਖ ਲਊਂਗੀ, 4 ਦਿਨ ਜਿਹੜੀ ਮੈਨੂੰ ਸਾਂਭ ਲੂਗੀ, ਠੀਕ ਆ? ਅੱਜ ਮੈਨੂੰ ਪਤਾ ਲੱਗ ਗਿਆ ਮੇਰੀ ਤਾਂ ਮਾਂ ਵੀ ਮੇਰੀ ਹੈ ਨੀਗੀ। ਆਹੀ ਗੱਲਾਂ ਤੋਂ ਤਾਂ ਮੈਂ ਡਰਦੀ ਆ, ਆਈ ਉਹ ਆਈ ਦੀ ਐਵੇਂ ਮੇਰੀ ਤਾਂ ਖੇ ਹੋ ਜੂਗੀ ਫਿਰ, ਜਦੋਂ ਤੂੰ ਮੈਨੂੰ ਐਂ ਕਹਿਨੀ ਹੈਗੀ। ਹੋਰ ਫਿਰ ਕੀ ਕਹਾਂ, ਇੰਨਾ ਵੀ ਨਹੀਂ ਡਰ ਚਾਹੀਦਾ, ਇੰਨਾ ਵੀ ਨਹੀਂ ਡਰ ਚਾਹੀਦਾ। ਜੋ ਆ ਗਏ ਨਾ ਤੇਰੇ ਤੋਂ ਖੜੀ ਵੀ ਨਹੀਂ ਹੋ ਜਾਣਾ, ਮੈਂ ਕੱਲੀ ਕਿਵੇਂ ਸੰਭਾਲ ਲੂੰਗੀ? ਬੇਬੇ ਕਰ ਜਿਆ ਕਰ ਚੁੱਪ, ਸਾਰਾ ਦਿਨ ਚੰਨੀ 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 ਨਾ ਕਿਤੇ ਉਹ ਕਾਲ ਹੋ ਗਿਆ ਕੰਜਰ, ਮਰਦਾ ਨੀ ਉਹਦੀ ਨੀ ਟੁੱਟਦੀ ਹੈਗੀ ਲੱਤ ਵਾਂ ਕਵੀਜੜੇ ਦੀ। ਪਤਾ ਨੀ ਕਿਵੇਂ ਕਰਦਾ ਹੁੰਦਾ ਉਹਦੀ, ਕੱਢ ਲੈਂਦਾ ਪਿਸਤੌਲ ਚ। ਕੋਈ ਨਾ, ਕੋਈ ਦਿਨ ਇਹ ਜਾਊਗਾ ਉਹੀ ਪਿਸਤੌਲ ਉਹਦੇ ਹਿੱਕ ਚ ਮੈਂ ਮਾਰੂ, ਦੇਖੀ ਚੱਲੀ ਤੂੰ। ਮੈਂ ਤਾਂ ਨਾ ਸੱਚੀ ਬਗ ਜਾ, ਤੈਨੂੰ ਚਾਹੇ ਗੁੱਸਾ ਲੱਗੇ, ਹੁਣ ਤੇਰੇ ਸੱਟ ਜੀ ਵੱਜੀ ਹੋਏ ਨਾ, ਮੈਂ ਜਾ ਵੀ ਨੀ ਸਕਦੀ। ਲੋਕ ਹੀ ਕਹਿਣਗੇ ਗਵਾਂਢੀ ਵੀ ਦੇਖੀ ਮਾਂ ਨੂੰ ਵੀ ਸ਼ਰਮ ਨੀ ਆਈ ਬਾਗੀ ਛੱਡ ਕੇ ਆਈ, ਤਾਂ ਫਿਰ ਕਹਿਣਗੇ ਹੀ ਹੁਣ ਤੂੰ ਸੋਚ ਜਾਣਾ ਜੇ ਬਗ ਜਾ। ਮੈਂ ਤਾਂ ਬੈਠੀ ਆ, ਮੈਂ ਤਾਂ ਬੈਠੀ ਆ। ਓਏ ਹਾਂਜੀ ਭਗਵਾਨ ਜੀ, ਕੋਈ ਨਾ ਮੈਂ ਆਪੇ ਦੇਖ ਲੂੰਗਾ, ਮਾਤਾ ਹੀ ਆਏ ਹੋਏ ਨੇ, ਬਸ ਮੈਂ ਤਾਂ ਸਾਂਭ ਲਾਂਗਾ, ਬਸ ਤੁਸੀਂ ਮਾੜਾ ਜਿਹਾ ਸ਼ਾਮ ਨੂੰ ਗੇੜਾ ਮਾਰ ਦਿਓ। ਹਾਂਜੀ ਹਾਂਜੀ, ਚਲੋ ਠੀਕ ਹੈ ਪ੍ਰਧਾਨ ਜੀ। ਹਾਂਜੀ ਮਾਤਾ ਜੀ, ਹੁਣ ਦੱਸੋ। ਮੇਰੀ ਬੇਟੀ ਹੈ ਜਿਹੜੀ ਰੀਤ, ਤੇ ਕੱਲ ਚੰਨੀ ਤੇ ਬਿੱਕਰ ਸਾਡੇ ਘਰੇ ਜਾ ਕੇ ਇੰਨਾ ਕੁੱਟ ਕੇ ਆਏ ਨੇ ਵੀ ਉਹ ਇੱਕ ਮਰੀ ਨਹੀਂ ਹੈਗੀ ਤੇ ਬੱਚਿਆਂ 'ਚ ਵੀ ਸ਼ਾਮਿਲ ਨਹੀਂ ਹੈਗੀ, ਇੰਨਾ ਬੁਰਾ ਹਾਲ ਕੀਤਾ ਉਹਦਾ। ਵੈਸੇ ਮਤਲਬ ਮਸਲਾ ਕੀ ਹੈ ਤੁਹਾਡਾ ਚੰਨੀ ਪ੍ਰਧਾਨ ਨਾਲ? ਜ਼ਮੀਨ ਕਹਿੰਦਾ ਮੱਲੋ ਮੱਲੀ ਮੰਗਦਾ ਵੀ ਦੇਵੇ ਕੁੜੀ, ਹੁਣ ਜ਼ਮੀਨ ਤਾਂ ਕੁੜੀ ਦੀ ਆ, ਮੈਂ ਤਾਂ ਨੀ ਉਹਦੇ ਬੜਾ ਉਹ ਕਰਦੇ, ਮੈਂ ਤਾਂ ਬਹੁਤ ਸਮਝਾਉਣੀ ਆ ਵੀ ਪਰੇ ਦੇ ਕੀ ਕਰਨਾ ਕਲੇਸ਼ ਮੁੱਕੇ, ਪਰ ਉਹ ਮੰਨਦੀ ਨੀ ਹੈਗੀ, ਮੈਂ ਕੀ ਕਰਾਂ ਸਰ ਜੀ। ਕਿੰਨੀਆਂ ਕੁ ਸੱਟਾਂ ਮਾਰੀਆਂ ਨੇ? ਸੱਟਾਂ ਤਾਂ ਬਹੁਤ ਮਾਰੀਆਂ ਨੇ, ਉੱਠਣ ਜੋਗਰੀ ਹੈ ਨੀ। ਹਾਂ ਮਾਤਾ ਸੁਣੋ, ਕਰਾਇਆ ਦੇਵਾਂ? ਹਾਂਜੀ ਦੱਸੋ। ਦੀ ਭਲਾਈ ਇਸੇ ਚ ਆ, ਤੇ ਜਿਹੜਾ ਚੰਨੀ ਪ੍ਰਧਾਨ ਬੰਦਾ ਹੈਗਾ, ਠੀਕ ਹੈ, ਇਹਦਾ ਕਰਨ ਕਰਾਉਣ ਨੂੰ ਤੁਸੀਂ ਇਹਦਾ ਕੁਛ ਨੀ ਕਰ ਸਕਦੇ, ਠੀਕ ਹੈ? ਅੱਗੇ ਪੰਚਾਇਤ ਚ ਮੈਂ ਤਾਂ ਕੇਸ ਬਣਾ ਦੂੰਗਾ, ਠੀਕ ਹੈ, ਮੈਨੂੰ ਤਾਂ ਕੋਈ ਚੱਕਰ ਨੀ ਹੈਗਾ, ਬੁੱਢੀ ਉਮਰੇ ਕਿੱਧਰ ਕਚਹਿਰੀ ਚੱਕੇ ਖਾਣੀ, ਠੀਕ ਹੈ, ਕੁੜੀ ਤੇਰੀ ਜੁਰਨੋਂ ਰਹੇਗੀ, ਹੁਣ ਤੂੰ ਜਾਏ ਕਿੱਧਰ ਕਿੱਧਰ ਜਾਇਆ ਕਰੇਗੀ? ਤੇਰੀ ਭਲਾਈ ਇਸੇ ਚ ਆ, ਜਿਹੜਾ ਜ਼ਮੀਨ ਦਾ ਮੇਨ ਮਸਲਾ ਹੈਗਾ। ਪਹਿਲੀ ਗੱਲ ਤਾਂ ਤੁਸੀਂ ਉਹਦੇ ਨਾਲ ਦੁਸ਼ਮਣੀ ਕਿਉਂ ਮੁੱਲ ਲੈਂਦੇ ਹੋ? ਜਦੋਂ ਤੁਹਾਨੂੰ ਉਹ ਪੈਸੇ ਦੇ ਰਿਹਾ ਉਹ ਵੀ ਦੁੱਗਣੇ ਦੇ ਰਿਹਾ, ਤੁਸੀਂ ਕਿਉਂ ਉਹ ਕਰ ਰਹੇ? ਪੈਸੇ ਲੈ ਕੇ ਕੰਮ ਰਫਾ ਦਫਾ ਕਰੋ, ਨਾਲੇ ਮਾਤਾ ਉਹ ਸਰਕਾਰੀ ਪ੍ਰੋਜੈਕਟ ਆ, ਸਾਡੇ ਕੋਲ ਵੀ ਉੱਪਰੋਂ ਪ੍ਰੈਸ਼ਰ ਆਉਂਦਾ ਗਾ। ਜੇ ਕੱਲ ਨੂੰ ਮੰਨ ਕੇ ਚੱਲ ਜੇ ਉਹ ਪ੍ਰੋਜੈਕਟ ਲੱਗਣ ਤੇ ਉੱਪਰ ਮੰਤਰੀ ਸਾਹਿਬ ਨੇ ਖੁਦ ਕਹਿਤਾ ਸਾਨੂੰ ਖੁਦ ਕਬਜ਼ਾ ਲੈਣਾ ਪਊ, ਨਾਲੇ ਸਾਨੂੰ ਪੈਸੇ ਨਹੀਂ ਮਿਲਣੇ, ਉਹ ਤਾਂ ਪ੍ਰਧਾਨ ਜੀ ਭਲੇ ਬੰਦੇ ਨੇ, ਜਿਹੜੇ ਸਾਨੂੰ ਪੈਸੇ ਦੇ ਰਹੇ ਨੇ ਉਹ ਵੀ ਦੁੱਗਣੇ। ਮੈਂ ਤਾਂ ਸਰ ਬਹੁਤ ਸਮਝਾਇਆ ਕੁੜੀ ਨੂੰ, ਪਰ ਕੁੜੀ ਮੰਨੇ ਤਾਂ ਨਾ ਆਹ ਕੁੱਟ ਇੰਨੀ ਖਾ ਲਈ,
ਮਨ ਦੀ ਹੁਣ ਵੀ ਨਹੀਂ ਹੈਗੀ, ਮੈਂ ਵੀ ਹੱਥ ਬਨ ਬਨ ਥੱਕ ਗਈ, ਮੈਂ ਤਾਂ ਆ ਕੇ ਇਹਦੇ ਕੋਲ ਸਮਾਂ ਫਸ ਗਈ, ਆਈ ਤਾਂ ਮੈਂ ਆਇਆ ਚੱਲ ਮੇਰੀ ਧੀ ਇਕੱਲੀ ਹੈ, ਹੈ ਬੰਦਾ ਸਿਰ 'ਤੇ ਨਹੀਂ ਹੈਗਾ, ਪਰ ਉਹ ਮੰਨੇ ਵੀ ਮੇਰੀ ਗੱਲ, ਮੈਨੂੰ ਤਾਂ ਆਪ ਨਹੀਂ ਕੋਈ ਰਾਹ ਹੀ ਨਹੀਂ ਦਿਖਦਾ ਹੈਗਾ, ਕੀ ਕਰਾਂ ਮੈਂ। ਦੇਖ ਮਾਤਾ, ਉਹ ਕੰਮ ਹੈ ਨਹੀਂ ਸਾਡਾ, ਉਹ ਕੰਮ ਹੈ ਤੇਰਾ, ਕਿਵੇਂ ਮਰਜ਼ੀ ਕਰ, ਉਹਨੂੰ ਸਮਝਾ ਲੈ, ਠੀਕ ਹੈ। ਨਹੀਂ ਅੱਜ ਤਾਂ ਪ੍ਰਧਾਨ ਜੀ ਨੇ ਲੱਤਾਂ ਤੋੜੀਆਂ, ਫਿਰ ਅੱਗੇ ਤੁਹਾਨੂੰ ਪਤਾ, ਬਾਕੀ ਤੁਸੀਂ ਜਾਣਦੇ ਹੋ ਪ੍ਰਧਾਨ ਜੀ ਨੂੰ ਚੰਗੀ ਤਰ੍ਹਾਂ। ਕੋਈ ਸਰਪੰਚ ਸਰਪੰਚ ਕੋਲ ਜਾਈਏ ਜਾਂ ਕਿਵੇਂ ਕਰੀਏ, ਤੁਸੀਂ ਦੱਸ ਦਿਓ। ਮੈਂ ਤੁਹਾਨੂੰ ਵੀ ਕਹਿੰਦਾ ਸੀ ਮਾਤਾ, ਜੇ ਤੁਹਾਡੇ ਛੋਟਾ, ਇਹ ਤਾਂ ਛੋਟਾ ਜਿਹਾ ਮਸਲਾ ਹੈਗਾ, ਇਹ ਤਾਂ ਪੰਚਾਇਤ ਮੈਂਬਰ ਕੋਲ ਵੀ ਨਿਪਟ ਸਕਦਾ ਹੈਗਾ, ਇੱਥੇ ਹੁਣ ਆਪਾਂ ਜੇ ਛੋਟੇ ਮਸਲੇ ਹੱਲ ਕਰ ਲਈਏ ਫਿਰ ਵੱਡੇ ਕੰਮ ਤਾਂ ਹੋਵੇ ਸਾਡੇ। ਸੁਣਦੇ ਤਾਂ ਉਹ ਵੀ ਨਹੀਂ ਹੈਗੇ ਸਰ ਜੀ, ਜਾ ਆਵਾਂਗੇ ਪਰ ਸੁਣਦੇ ਉਹ ਵੀ ਨਹੀਂ, ਨਾ ਸਰਪੰਚ ਸੁਣੇ ਗੱਲ ਕੋਈ ਤੇ ਨਾ ਸੁਣੇ ਮੈਂਬਰ। ਮਾਤਾ ਦੇਖਣ ਵਾਲੇ ਬੰਦੇ ਕਹਿਣਗੇ ਕਿ ਪੁਲਿਸ ਇੰਨੀ ਵਿਹਲੀ ਹੋ ਗਈ ਕਿ ਛੋਟੇ ਛੋਟੇ ਮਸਲਿਆਂ 'ਤੇ ਤੁਰੀ ਫਿਰਦੀ ਹੈ, ਕੋਈ ਖੂਨ ਨਹੀਂ ਖਰਾਬਾ ਨਹੀਂ ਮਾਤਾ, ਪਰਚਾ ਬਣਾਉਂਦਾ ਤਾਂ ਉੱਥੇ ਖੂਨ ਖਰਾਬਾ ਨਹੀਂ ਹੈਗਾ, ਜਾ ਕੇ ਦੇਖ ਸਕਦੇ ਹੋ ਤੁਸੀਂ ਵੀ ਕੀ ਹਾਲ ਕਰਿਆ ਪਿਆ ਕੁੜੀ ਦਾ। ਉਹ ਤਾਂ ਠੀਕ ਹੈ ਮਾਤਾ, ਗੁੰਮ ਸੱਟਾਂ ਮਾਰੀਆਂ ਨੇ ਗੁੰਮ। ਤੁਸੀਂ ਮਾਤਾ ਪੰਚਾਇਤ 'ਚ ਰੱਖੋ, ਠੀਕ ਹੈ, ਪੰਚਾਇਤ 'ਚ ਆਪਦਾ ਨਿਬੇੜੋ, ਇੱਥੇ ਤੁਹਾਡੀ ਕੋਈ, ਮੈਂ ਤਾਂ ਦੇਖੋ ਰਿਪੋਰਟ ਲਿਖ ਲੈਣਾ, ਮੈਨੂੰ ਕੋਈ ਦਿੱਕਤ ਨਹੀਂ ਹੈਗੀ, ਠੀਕ ਹੈ। ਤੁਸੀਂ ਆਇਆ ਕਰੋਗੇ, ਤਰੀਕ ਪੈ ਜਾ ਕਰੂਗੀ, ਦੇਖ ਲਓ ਜੇ ਤੁਹਾਨੂੰ ਸਹੀ ਲੱਗਦਾ ਹੈਗਾ। ਮੈਂ ਤਾਂ ਕਿੱਥੋਂ ਆ ਜਾ ਕਰੂੰਗੀ, ਗੋਡੇ ਮੇਰੇ ਤੁਰਦੇ ਨਹੀਂ ਕਰਦੇ ਨਹੀਂ, ਇਲਾਜ ਕਰਾਇਆ ਗੋਡਿਆਂ ਦਾ, ਮੈਂ ਕਿੱਧਰੋਂ ਆ ਜਾ ਵਗ ਜਾ ਕਰੂੰਗੀ, ਉਹ ਤਾਂ ਭਾਵੇਂ ਰੀਤ ਤਾਂ ਭਾਵੇਂ ਆ ਜਾ ਕਰੇ, ਉਹ ਵੀ ਖਰੋੜੀ ਨਾਲ ਆਇਆ ਕਰੂੰ, ਇੰਨਾ ਬੁਰਾ ਹਾਲ ਕਰਤਾ ਉਹਦਾ। ਮੈਂ ਉਹੀ ਗੱਲ ਕਰਦਾ ਮਾਤਾ, ਤੁਹਾਡੀ ਦੋਨਾਂ ਦੀ ਭਲਾਈ ਆ ਉਹ 'ਚ, ਨਾਲੇ ਰਹੀ ਗੱਲ ਜ਼ਮੀਨ ਵਾਲੀ, ਉਹ ਤੁਸੀਂ ਜ਼ਮੀਨ ਜਿੰਨਾ ਜਲਦੀ ਦੇ ਸਕਦੇ ਹੋ ਦੇ ਦਿਓਗੇ, ਵਧੀਆ ਰਹੋਗੇ ਤੁਸੀਂ। ਚੱਲ ਦੇਖਦੇ ਹਾਂ ਸਰ ਜੀ ਕੀ ਕਹਿੰਦੀ, ਕੁੜੀ ਨੂੰ ਮਨਾਉਣੀ ਆ ਜਾ ਕੇ। ਹਾਂ ਠੀਕ ਹੈ ਜੀ, ਅੱਛਾ ਜੀ ਠੀਕ ਹੈ ਜੀ, ਮਨਾਵਾ ਨਹੀਂ ਇਹ, ਫਿਰ ਪ੍ਰਧਾਨ ਨੂੰ ਹੋਰ ਤਰੀਕੇ ਵੀ ਆਉਂਦੇ ਨੇ। ਗੇਟ ਲਾ ਦੇ ਬੇਬੇ, ਬਿੱਲੀ ਦੁੱਧ ਨਾ ਡੋਲ ਦੇ। ਲਾ ਦੂੰਗੀ, ਤੂੰ ਆਪਦਾ ਖਿਆਲ ਰੱਖਿਆ ਕਰ, ਇੰਨਾ ਕੁ ਤਾਂ ਮੈਨੂੰ ਪਤਾ ਹੀ ਹੈ। ਮੇਰੀ ਗੱਲ ਸੁਣ, ਕੱਲ ਮੈਂ ਗਈ ਸੀਗੀ ਥਾਣੇ, ਉਹਨਾਂ ਨੇ ਤਾਂ ਆਪਣੀ ਮਾੜੀ ਜਿਹੀ ਗੱਲ ਨਹੀਂ ਸੁਣੀ, ਰਿਪੋਰਟ ਵੀ ਨਹੀਂ ਹੈ ਲਿਖੀ ਹੈਗੀ, ਐਡੇ ਵੱਡੇ ਬੰਦੇ ਨਾਲ ਕਹਿੰਦੇ ਤੁਸੀਂ ਪੰਗਾ ਲੈਣੀ, ਉਹ ਤਾਂ ਇੰਨੀ ਦੂਰ ਤੇ ਇੱਕ ਚੱਲਦੀ ਹੈਗੀ। ਤੂੰ ਦੱਸ ਦਿੰਦੀ ਵੀ ਕੱਦ ਦਾ 4 ਫੁੱਟ ਦਾ, ਐਡਾ ਕਿੱਡਾ ਕ ਬੰਦਾ ਉਹ ਵੱਡਾ ਗਾ। ਉਹ ਕੱਦ ਤੇ ਨਹੀਂ ਗੱਲ ਹੁੰਦੀ ਹੈਗੀ, ਹੁਣ ਚੱਲਦੀ ਵਾਲੀ ਆ ਉਹਦੀ। ਏ ਬੇਬੇ ਕਿਉਂ ਡਰਦੀ ਆ ਤੂੰ, ਨਹੀਂ ਲਿਖੀ ਰਿਪੋਰਟ ਨਾ ਅੱਗ ਲੱਗਣ ਦੇ, ਨਾ ਲਿਖਣ ਦੇ, ਉਸੇ ਨਾਲ ਦੇ ਨੇ ਸਾਰੇ ਮਰਨ ਦੇ ਸਾਰੇ। ਉਹ ਕਹਿੰਦੇ ਨਿੱਕੀ ਨਿੱਕੀਆਂ ਗੱਲਾਂ ਵਾਸਤੇ ਅਸੀਂ ਤੁਹਾਡੀਆਂ ਵਾਸਤੇ ਵਿਹਲੇ ਨਹੀਂ ਬੈਠੇ, ਕਹਿੰਦੇ ਮੈਂਬਰ ਨਾਲ ਸਰਪੰਚ ਨਾਲ ਗੱਲ ਕਰ ਲਓ ਤੁਸੀਂ ਆਪੇ, ਉਹਨਾਂ ਨੇ ਇਹ ਗੱਲ ਕਹੀ ਆ। ਫਿਰ ਕੋਈ ਨਾ ਕਰ ਲੈਣੇ ਆਪਾਂ ਆਪਣੇ ਸਰਪੰਚ ਨਾਲ ਗੱਲ। ਉਹਦੀ ਪਹੁੰਚ ਤਾਂ ਕਹਿੰਦੇ ਬਹੁਤ ਦੂਰ ਤਾਂ ਹੈ, ਤੁਸੀਂ ਆ ਗਈਆਂ ਕਿ ਤੂੰ ਆ ਗਈ ਕਿ ਮੌਜ ਵਾਲੀ ਮਾਈ, ਮੈਨੂੰ ਤਾਂ ਐਂ ਕਹਿਣ ਲੱਗ ਗਏ, ਝੇਡਾ ਝੇੜੀ ਕਰਤੀ ਮੈਨੂੰ ਤਾਂ, ਕਹਿੰਦੇ ਲੈ ਦੇਖ ਲਾ ਅਸੀਂ ਮਾਈ ਵਾਸਤੇ ਵਿਹਲੀ ਬੈਠੇ। ਫਿਰ ਹੁਣ ਕੀ ਕਰੀਏ, ਮੇਰੀ ਕੁੜੀ ਤਾਂ ਇੰਨਾ ਕੁੱਟ ਮਾਰ ਗਈ, ਦੋ ਜਾਣੇ ਸੀਗੇ ਮਖਾ ਨਾਲ, ਸੀਗਾ ਵਿਕਰਮ ਮਖਾ, ਤੇ ਬਸ ਉਹਨਾਂ ਨੇ ਕੋਈ ਰਾਹ ਦੇ ਗੱਲ ਦਿੱਤੀ ਨੀ, ਕਹਿੰਦੇ ਉਹਨਾਂ ਨਾਲ ਤੁਸੀਂ ਪੰਗਾ ਨਾ ਲਓ, ਐਂ ਕਿਹਾ ਉਹਨਾਂ ਨੇ, ਤੇ ਚੁੱਪ ਕਰਕੇ ਤੁਸੀਂ ਜ਼ਮੀਨ ਦੇ ਦਿਓ ਉਹਨਾਂ ਨੂੰ। ਕਹਿੰਦੇ ਜ਼ਮੀਨ ਜ਼ਮੂਨ ਨਹੀਂ ਮਿਲਦੀ, ਕਹਿੰਦੇ ਜ਼ਮੀਨ ਦਾ ਦੱਸ ਆਪਣਾ ਕੀ ਲੱਗਦਾ ਵੀ ਉਹਨੇ ਜ਼ਮੀਨ ਦੇ ਦੇ ਚੁੱਪ ਕਰਕੇ। ਫਿਰ ਆਹ ਹੁਣ ਦੇਖ ਲੈ ਤੇਰਾ ਹਾਲ ਕੀ ਕਰ ਗਏ। ਕੋਈ ਨਾ ਕਰ ਦਿੰਦੇ ਜਿਹੜਾ ਹਾਲ ਕਰਦੇ ਨੇ, ਮੇਰੇ ਕੋਲ ਬੇਬੇ ਆਹ ਗੱਲ ਜੀ ਨਾ ਛੇੜਿਆ ਕਰ, ਜ਼ਮੀਨ ਦੇ ਦੇ ਚੁੱਪ ਕਰਕੇ, ਜ਼ਮੀਨ ਦੇ ਦੇ ਨਾ, ਮੈਂ ਉਹਨੂੰ ਅੱਜ ਜ਼ਮੀਨ ਦੇਵਾਂ ਨਾ ਦੇਵਾਂ ਕੱਲ, ਬਸ ਤੇਰੀ ਹਿੰਡ ਹੈ ਪੂਰੀ। ਹਿੰਡੀ ਏ, ਹਿੰਡ ਨੂੰ ਕੀ ਆਪਦੀ ਚੀਜ਼ ਆ, ਇਹ ਕਿਹਦੇ ਬਾਪ ਦੀ ਜ਼ਮੀਨ ਆ ਵੀ ਉਹਦੇ ਬਾਪ ਨੇ ਮੇਰੇ ਨਾਲ ਲਵਾਈ ਸੀਗੀ, ਮਰੀ ਇੰਨੀ ਤੂੰ ਵੀ। ਸਰਕਾਰ ਦੀ ਆ ਗਈ, ਉੱਥੇ ਉਹਨਾਂ ਨੇ ਫੈਕਟਰੀ ਲਾਉਣੀ ਹੈ। ਫਿਰ ਫੈਕਟਰੀ ਲਾਉਣੀ ਆ ਕਿਹੜਾ, ਉਹਨਾਂ ਦੇ ਦਾਦਿਆਂ ਦੀ ਥਾਂ ਹੈ, ਥਾਂ ਤਾਂ ਆਪਣੀ ਉਹ। ਹਾਂ ਆਪਣੀ ਹੈ, ਦੁੱਗਣਾ ਪੈਸਾ ਦੇ ਰਹੇ ਨੇ, ਹੋਰ ਕੀ ਚਾਹੀਦਾ। ਕਦੀ ਦਿੰਦੇ ਨੇ ਦੁੱਗਣਾ ਪੈਸਾ, 30 ਲੱਖ ਦਾ ਕਿੱਲਾ ਜਦ ਮਰਜ਼ੀ ਵੇਚ ਦੇ, ਦੁੱਗਣਾ ਪੈਸਾ ਦੁੱਗਣਾ ਪੈਸਾ ਪੈਸਾ ਦਿਸੀ ਜਾਂਦਾ ਤੈਨੂੰ,
ਭੈਣੀ ਜਿੰਦੀ ਵੀ ਜਵਾਕ ਦੀ ਜ਼ਮੀਨ ਵੀ ਜਾਊਗੀ ਨਾਲ ਨਾਲ। ਦੇਖ ਅੱਜ ਤਾਂ ਪੁੱਤੋ ਕਹਿੰਦੇ ਅਫਸਰ ਕਹਿੰਦੇ ਨੇ ਵੀ ਅੱਜ ਤਾਂ ਤੁਹਾਨੂੰ ਮਿਲਦੇ ਜ਼ਮੀਨ ਦੇ ਪੈਸੇ ਤੇ ਕੱਲ ਨੂੰ ਉਹੀ ਜ਼ਮੀਨ ਤੁਹਾਨੂੰ ਫ੍ਰੀ ਦੇਣੀ ਪਊਗੀ, ਫੇਰ ਚੰਗੀ ਰਹੇਗੀ। ਫ੍ਰੀ ਚ ਜ਼ਮੀਨ ਦੱਬਣੀ ਉਹਨਾਂ ਨੇ ਦੱਬ ਲੈਣ, ਪਰ ਜਿੱਤੇ ਸਹਿਣ ਨੀ ਕਰਦੀ ਹੈਗੀ। ਆਪ ਤਾਂ ਮੈਂ ਜ਼ਮੀਨ ਚੰਨੀ ਦੇ ਨਾਂ ਨੀ ਲਵਾਉਂਦੀ, ਠੀਕ ਆ। ਮੈਨੂੰ ਐ ਲੱਗਦਾ ਮੈਨੂੰ ਤਾਂ ਮੌਤ ਮਗਰੋਂ ਹੀ ਆ ਤੈਨੂੰ ਪਹਿਲਾਂ, ਜਿਹੜੀ ਤੂੰ ਆ ਇੰਨੀ ਹਿੰਡ ਫੜ ਛੱਡੀ ਆ ਨਾ, ਮੇਰਾ ਤਾਂ ਦਿਮਾਗ ਚੱਕਦਾ ਤੇਰੀ ਹਿੰਡ ਨੇ। ਕੋਈ ਨਾ ਬੇਬੇ, ਮੌਤ ਹੀ ਆ ਜਾਣ ਦੇ। ਆਹੀ ਗੱਲ ਤੇ ਅੜੀ ਖੜੀ ਆ ਤੂੰ ਬਸ। ਆਹੋ ਮੈਂ ਤਾਂ ਅੜੀ ਖੜੀ ਆ, ਨਾਲੇ ਮੇਰਾ ਦਿਮਾਗ ਘੱਟ ਚੱਟਿਆ ਕਰ। ਮੈਨੂੰ ਲੱਗਦਾ ਮੈਨੂੰ ਮੌਤ ਜਿਹੜੀ ਚੰਨੀ ਦੋ ਤਾਂ ਮਗਰੋਂ, ਆ ਜਿਹੜੀ ਤੂੰ ਰੋਜ਼ ਰੋਜ਼ ਮੌਤ ਦਿੰਦੀ ਆ ਮੈਨੂੰ ਪਹਿਲਾਂ ਆਓ। ਮੈਨੂੰ ਤਾਂ ਜਿਵੇਂ ਰਾਏ ਦਿੱਤੀ ਸੀ ਅਫਸਰਾਂ ਨੇ, ਮੈਂ ਤੈਨੂੰ ਆ ਕੇ ਦੱਸਤੀ, ਅੱਗੇ ਹੁਣ ਤੇਰੀ ਮਰਜ਼ੀ ਆ। ਅਫਸਰ ਵੀ ਉਸੇ ਦੇ ਨੇ, ਠੀਕ ਆ। ਜਿਹੜਾ ਕੁਛ ਬਣੂਗਾ ਦੇਖੀ ਜਾਊਗੀ। ਜਿੱਥੇ ਮੈਂ ਬੈਠੀ ਆ ਬਸ ਬੈਠੀ ਰਹਿ, ਮੈਨਾਂ ਚੁੱਪ ਕਰਕੇ ਮੇਰੇ ਦਿਮਾਗ 'ਚ ਬਹੁਤ ਕੁਛ ਚੱਲੀ ਜਾਂਦਾ। ਉਹ ਚੁੱਪ ਕਰਕੇ ਨਾ ਕਿਤੇ ਗਲ ਘੋਟ ਦੂ, ਬੋਲੀ ਜਾਂਦੀ ਭੁੱਕੀ ਜਾਂਦੀ ਆ। ਮਾਂ ਤੂੰ ਚੁੱਪ ਰਹਿ, ਜਿੱਦੇ ਚੰਨੀ ਦਾ ਕਤਲ ਹੋਇਆ ਮੇਰੇ ਹੱਥੋਂ, ਜਿੱਦੇ ਮਰਿਆ ਨੂੰ ਮੈਂ ਹੀ ਮਾਰੂੰਗੀ। ਪਹਿਲਾਂ ਲੱਤ ਨੋਟ ਕਰ ਲਾ ਵੀ, ਚੰਗਾ ਇਹ ਤਾਂ ਹੋ ਜੂਗੀ ਜਿਹੜੀ ਬੰਜ ਵਾਂਗ ਕਰਕੇ ਗਈ। ਮੇਰੀ ਗੱਲ ਸੁਣ ਪੁੱਤ, ਤੂੰ ਬੱਚਿਆਂ ਵਾਲੀ ਜਿੱਦ ਛੱਡ ਦੇ। ਅੱਗੇ ਜਿੱਦ ਜਿੱਦ 'ਚ ਤੇਰੇ ਮਾਮੇ ਹੋਰਾਂ ਨੇ ਵੀ ਇਹੀ ਕਰੀ ਸੀ। ਪਹਿਲਾਂ ਤਾਂ ਉਹਨਾਂ ਨੂੰ 10 ਲੱਖ ਮਿਲਦਾ ਸੀ, ਨਾਲੇ ਉਹੀ ਜ਼ਮੀਨ 1 ਲੱਖ 'ਚ ਹੀ ਦੇ ਦਿੱਤੀ। ਕੁਛ ਪੱਲੇ ਵੀ ਨੀ ਪਿਆ ਫਿਰ। ਕੋਈ ਨਾ ਬੇਬੇ, ਅਣਖ ਤਾਂ ਹੈਗੀ ਸੀ ਨਾ ਅਗਲੇ 'ਚ, ਤੇਰੇ ਮੰਮਾ ਡਰਦੇ ਤਾਂ ਨੀ ਸੀਗੇ। ਅਣਖ ਨੂੰ ਚੱਕੀ ਫਿਰ ਸਿਰ ਤੇ ਨੀ। ਜੇ ਤੂੰ ਮੰਨ ਜੇ ਨਾ ਜਵਾਕ ਦੀ ਜ਼ਿੰਦਗੀ ਬਣ ਜੂ ਸਾਰੀ ਉਮਰ ਦੀ, ਨਹੀਂ ਗਰੀਬ ਦਾ ਗਰੀਬ ਹੀ ਰਹਿ ਜੂਗਾ ਜਵਾਕ। ਕੀ ਹੈ ਜਵਾਕ ਨੂੰ, ਹਜੇ ਕੀ ਉਹਨੂੰ ਗਰੀਬੀ ਦਾ ਪਤਾ। ਸਾਰੀ ਚੀਜ਼ ਉਹਨੂੰ ਮਿਲਦੀ ਆ, ਪੜ੍ਹਾਈ ਦਾ ਸਮਾਨ ਮਿਲਦਾ, ਖਾਣ ਪੀਣ ਨੂੰ ਵਧੀਆ ਖੁੱਲਾ। ਪਤਾ ਆਪਾਂ ਨੂੰ ਤਾਂ ਪਤਾ ਹੈ ਨਾ ਗਰੀਬੀ ਮੇਰੀ ਕੀ ਹੁੰਦੀ, ਉਹਨੂੰ ਤਾਂ ਜਵਾਕ ਨੂੰ ਨਹੀਂ ਪਤਾ। ਉਹਦਾ ਤਾਂ ਆਪਾਂ ਹੀ ਬਣਾਉਣਾ ਹੈ। ਚੱਲ ਚੱਲ ਕੁਝ ਵੀ ਕਰਨਾ ਹੈ। ਹੁਣ ਜਿੰਨੇ ਅਫਸਰ ਲੱਗੇ ਹੋਏ ਨੇ ਸਾਰੇ ਸਰਕਾਰੀ ਸਕੂਲਾਂ 'ਚ ਪੜ੍ਹ ਕੇ ਲੱਗੇ ਨੇ, ਤਾਂ ਵਧੀਆ ਸਕੂਲ 'ਚ ਕੀ ਤੋਂ ਕਿੱਡਾ ਕੁ ਅਫਸਰ ਲੱਗ ਜੇ। ਆਪਣੀ ਜ਼ਮੀਨ ਤੇ ਨਹੀਂ ਬੈਠਾ ਹੈਗਾ ਪ੍ਰਭੂ। ਉਹ ਤਾਂ ਮੈਨੂੰ ਪਤਾ ਹੈ, ਫਿਰ ਸੋਚਣਾ ਤਾਂ ਵੱਡਿਆਂ ਨੇ ਹੁੰਦਾ ਨਾ। ਬੇਬੇ ਮੈਂ ਸਾਰਾ ਕੁਝ ਸੋਚੀ ਬੈਠੀ ਹਾਂ, ਤੈਨੂੰ ਨਹੀਂ ਪਤਾ ਮੇਰੇ ਦਿਮਾਗ 'ਚ ਕਿੱਡਾ ਵੱਡਾ ਪਲਾਨ ਚੱਲੀ ਜਾਂਦਾ। ਬਸ ਉਹ ਚੁੱਪ ਰਹਿ, ਮੈਨੂੰ ਤਾਂ ਨਾ ਚੰਨੀ ਨਾਲੋਂ ਵੱਧ ਤੇਰੇ ਤੋਂ ਡਰ ਲੱਗਣ ਲੱਗ ਗਿਆ। ਕਿਸ ਦਿਨ ਜਿੱਦਣ ਮੇਰਾ ਦਿਮਾਗ ਲਾਏਗੀ ਤੂੰ ਹਲਾਵੇਂਗੀ, ਨਾਲੇ ਤੈਨੂੰ ਪਤਾ ਵੀ ਕਿੰਨੀਆਂ। ਚੱਲ ਮੈਂ ਤਾਂ ਕੁਛ ਨਹੀਂ ਕਹੀ ਤੇ ਤੂੰ ਸਰਪੰਚ ਨੂੰ ਫੋਨ ਲਾਇਆ ਸੀ, ਆਇਆ ਫਿਰ ਉਹ? ਕੋਈ ਨਾ ਆਜੂਗਾ, ਤਾਂ ਉਹਦੀ ਸੋਚਣਾ ਕਰ, ਕਿਤੇ ਉਹਰਾਂ ਪਰਾਂ ਹੋਣਾ ਉਹ। ਮੈਂ ਆਈ ਸੀ, ਜੇ ਨਹੀਂ ਉਹ ਆਉਂਦਾ ਆਪਾਂ ਜਾਏਗੇ, ਮੈਂਬਰ ਸਰਪੰਚ ਨਾਲ ਉਹਨਾਂ ਨੇ ਵੀ ਕਿਹਾ ਸੀ। ਹੋਰ ਮੈਂ ਤਾਂ ਰੇਸ ਲਾ ਕੇ ਭੱਜ ਕੇ ਵਗ ਜੂੰਗੀ ਇਹਦੇ ਕੋਲੇ। ਮੈਂ ਜਾ ਕੇ ਰਹਿ ਜੂੰਗੀ। ਫੜ, ਚੰਨੀ ਦਾ ਫੋਨ ਆ ਗਿਆ। ਹੈਲੋ, ਇਹਨੇ ਚੱਕ ਤਾਂ ਲੈ। ਕਿਵੇਂ ਕਰਨਾ ਕੁਛ, ਮੈਨੂੰ ਨਹੀਂ ਪਤਾ ਇਹਦੇ ਲੱਪੜ ਜੇ ਦਾ। ਫੜ। ਹੈਲੋ, ਹਾਂ ਹਾਂ ਪੁੱਤ, ਕੌਣ ਬੋਲਦਾ ਹੈ? ਚੰਨੀ ਬੋਲਦਾ। ਅੱਛਾ ਅੱਛਾ, ਹਾਂ ਬੋਲ ਚੰਨੀ ਭਾਈ। ਕਿਵੇਂ ਬਣਿਆ ਹਾਂ ਰੌਣੀ ਨਾਮ ਰਿਸ਼ਤੀ? ਭਾਈ ਕੁੜੀ ਤਾਂ ਹਜੇ ਮੰਨੀ ਨਹੀਂ। ਚੱਲ ਮੈਂ ਕੱਲ ਨੂੰ ਆਉਂਗੀ ਲੈ ਕੇ ਇਹਨੂੰ, ਤੇ ਕਾਗਜ਼ ਪੱਤਰ ਜੇ ਤੂੰ ਆਏ ਤਿਆਰ ਕਰ ਲਾ। ਦੇਖ ਲਾ ਬੇਬੇ, ਪਹਿਲਾਂ ਮੰਗ ਮੇਰੀ ਬੇਇੱਜ਼ਤੀ ਨਾ ਹੋਏ, ਮੈਂ ਤਾਂ ਕਾਗਜ਼ ਪੱਤਰ ਤਿਆਰ ਕਰ ਲਾ। ਬਾਅਦ ਮੈਨੂੰ ਗੁੱਸਾ ਚੜ ਗਿਆ ਨਾ, ਪਿੱਛੇ ਦੀ ਠੰਡਾ ਨਹੀਂ ਹੁੰਦਾ। ਮੈਂ ਤਾਂ ਸਮਝ ਲਈ ਤੁਸੀਂ ਰੱਬ ਨੂੰ ਪਿਆਰੇ ਹੋਗੇ। ਯਾਰ ਕੋਈ ਨਹੀਂ, ਮੈਂ ਕਰਦੀ ਆ ਇਹ ਆਪਦੀ ਕੋਸ਼ਿਸ਼ ਤਾਂ ਕਰਦੀ ਆ, ਜੇ ਮੰਨੂਗੀ ਤਾਂ ਹੀ ਹੈ। ਮੈਂ ਕੀ ਕਰਾਂ, ਕੋਸ਼ਿਸ਼ ਨਹੀਂ ਕਰਨੀ, ਬਸ ਲੈ ਕੇ ਆਉਣਾ ਇਹਨੂੰ। ਕੱਲ ਮੈਂ ਤੁਹਾਡੇ ਸਾਈਨ ਕਰਾਇਆ ਕਿ ਕਚਹਿਰੀਆਂ 'ਚ, ਦੇਖਦੀ ਆ ਚੱਲ ਕੱਲ ਆਊਗੀ ਜਦੋਂ ਵੇਖੂਗੀ। ਬੇਬੇ ਦੇਖਣਾ ਨਹੀਂ, ਤੈਨੂੰ ਮੈਂ ਕਹਿਤਾ ਨਾ, ਇਹ ਨਾ ਕਹੀ ਵੀ ਮੈਨੂੰ ਦੱਸਿਆ ਨਹੀਂ। ਠੀਕ ਆ, ਚੰਗਾ ਕੱਟ ਦੇ, ਮੈਨੂੰ ਤਾਂ ਪਤਾ ਨਹੀਂ ਇਹਦਾ ਹਿਸਾਬ ਕਿਤਾਬ ਨਹੀਂ ਹੈਗਾ। ਨਾਲੇ ਗੱਲ ਸੁਣ ਲਾ, ਮੈਂ ਤਾਂ ਅਗਲੇ ਨੂੰ ਹਾਂ ਕਰਤੀ ਤੇ ਜਾਣਾ ਪਊਗਾ, ਤੇ ਜੇ ਤੂੰ ਨਹੀਂ ਮੰਨੀ ਤਾਂ ਫਿਰ ਮਰੀ ਦਾ ਮੂੰਹ ਦੇਖੇਗੀ ਮੇਰਾ ਤਾਂ। ਅੱਛਾ, ਤੂੰ ਤਾਂ ਇਹ ਕਹਿੰਦੀ ਵੀ ਜਿਵੇਂ ਬਰਾਤ 'ਚ ਜਾਣਾ ਹੁੰਦਾ ਵੀ ਜਾਣਾ ਪਊਗਾ।
ਐ ਨੀ ਮੈਂ ਜਾਂਦੀ ਜੁੰਦੀ ਹੈਗੀ ਕਿਤੇ ਹੋਰ ਉਰੇ ਚੌੜ ਜਿਹੇ ਚ ਫਿਰਦੀ ਹਾਂ ਬੇਬੇ ਪਹਾੜ ਬਣਾ ਛੱਡਿਆ ਚੁੱਪ ਕਰਕੇ ਬੈਠੀ ਰਹਿ ਬਸ ਮੇਰੇ ਦਿਮਾਗ ਨਾ ਖਾਇਆ ਕਰ ਅਸਲ ਚ ਤਾਂ ਬਾਬਾ ਮੇਰੇ ਕੋਲੇ ਨਾ ਬੈਠਿਆ ਕਰ ਕਿਤੇ ਹੋਰ ਮੰਜਾ ਡਾ ਲਿਆ ਕਰ ਆਪਦਾ ਕੱਲ ਨੂੰ ਜਾਣਾ ਚੁੱਪ ਕਰਕੇ ਮੇਰੇ ਨਾਲ ਤੂੰ ਨਾ ਕਿਤੇ ਹੋਈ ਹੈ ਮੇਰੀ ਤੇਰੀ ਜ਼ਬਾਨ ਦਾ ਕੀ ਆ ਤੇਰੀ ਜ਼ਬਾਨ ਕੱਲ ਨੂੰ ਕੁਛ ਹੋਰ ਕਰ ਦੂਗੀ ਜਵਾਨ ਹੋ ਗਈ ਤੇਰੀ ਵੱਡੀ ਸਰਦਾਰਨੀ ਦੀ ਮੂੰਹ ਫਿਰ ਮਰੀ ਨੀ ਆਪਦੀ ਜਬਲੀਆਂ ਚੱਲ ਠੀਕ ਹੈ ਫਿਰ ਮੇਰਾ ਵੀ ਜੇ ਤੂੰ ਨਹੀਂ ਮੰਨਦੀ ਨਾ ਮਰੀ ਦਾ ਮੂੰਹ ਦੇਖੇਗੀ ਬਸ ਲੈ ਆਹ ਗੱਲ ਕਹਿ ਕੇ ਫਿਰ ਆਹ ਗੱਲ ਸੱਚੀ ਹੋ ਜਾਂਦੀ ਆ ਜਦੋਂ ਕੋਈ ਨਹੀਂ ਰਾਹ ਲੱਭਦਾ ਫਿਰ ਮੇਰਾ ਮਰੀ ਦਾ ਮੂੰਹ ਦੇਖੇਗੀ ਤਾਂ ਜਾਣਾ ਹੀ ਪਊਗਾ ਮਰਨਾ ਹੀ ਪਊਗਾ ਰਿਸ਼ਤੇਦਾਰੀ ਚ ਗਈ ਵੀ ਆ ਸੁੱਖ ਨੇ ਗਈ ਵੀ ਆ ਉਹ ਬਸ ਮੈਂ ਕੱਲੇ ਹੀ ਘਰੇ ਉਹ ਮੈਂ ਤੈਨੂੰ ਐ ਬੁਲਾਇਆ ਸੀਗਾ ਮੇਰੀ ਨਿਗਾਹ ਚ ਨਾ ਰਿਸ਼ਤਾ ਇੱਕ ਦੇਖ ਤੇਰੇ ਕੋਲ ਜ਼ਮੀਨ ਜਾਇਦਾਦ ਹੈ ਨੀ ਹਾਂਜੀ ਤੇ ਕੁੜੀ ਕੋਲ ਜ਼ਮੀਨ ਜਾਇਦਾਦ ਹੈਗੀ ਆ ਅੱਛਾ ਜੀ ਵਧੀਆ ਸੈੱਟ ਆ ਕਹਾਣੀ ਤੇ ਇੱਕ ਉਹਦਾ ਛੋਟਾ ਜਿਹਾ ਜਵਾਕ ਆ ਪਹਿਲਾਂ ਵਿਆਹ ਹੀ ਸੀਗੀ ਉਹਦੇ ਘਰ ਵਾਲਾ ਮਰ ਗਿਆ ਸੀਗਾ ਠੀਕ ਹੈ ਹੈਂ ਹੁਣ ਕੁੜੀ ਕੋਲ ਜ਼ਮੀਨ ਜਾਇਦਾਦ ਹੈਗੀ ਆ ਉਹ ਜ਼ਮੀਨ ਜਾਇਦਾਦ ਨੂੰ ਕੀ ਕਰਾਂਗੇ ਹੁਣ ਉੱਥੋਂ ਜੇ ਇੱਕ ਚੰਨੀ ਸਰਦਾਰ ਆ ਉਹੀ ਨੇ ਉਹਦੇ ਪੈਰ ਲੱਗਣ ਦਾ ਪਹਿਲਾਂ ਮੈਂ ਮਸਾ ਛੜਾ ਕੀਤੀ ਹੈ ਵਾਹਣ ਪਹਿਲਾਂ ਤਾਂ ਕਹਿੰਦਾ ਕਿ ਠੇਕੇ ਦੇ ਬਹੁੰਦੇ ਸੀ ਉਹਦੇ ਘਰ ਵਾਲਾ ਮਰ ਗਿਆ ਤੇ ਜ਼ਮੀਨ ਭਾਈ ਠੇਕੇ ਦੇ ਬਹੁੰਦਾ ਕਰਕੇ ਆਪ ਨੱਪ ਗਿਆ ਉਹ ਤੋਂ ਛੜਾ ਕੇ ਦਿੱਤੀ ਆ ਮੰਨ ਕੇ ਯਾਰ ਟਿਕਣੇ ਨਹੀਂ ਦਿੰਦਾ ਯਾਰ ਹੁਣ ਐਸੇ ਕੋਲੇ ਕਿਹੜਾ ਹੁਣ ਕੁੜੀ ਕੋਲੇ ਆ ਜ਼ਮੀਨ ਮੈਂ ਤੈਨੂੰ ਤਾਂ ਕਹਿਣਾ ਗਾ ਵੀ ਨਾ ਤਾਂ ਤੇਰੇ ਪੈਰ ਲੱਗ ਜਾਣਗੇ ਹਾਂਜੀ ਹੈਂ ਤੇ ਨਾਲੇ ਉਹਦੇ ਲੱਗ ਜਾਣਗੇ ਮੈਂ ਸੋਚੀ ਗਿਆ ਇੱਕ ਦਿਨ ਬੈਠਾ ਬੈਠਾ ਮੈਂ ਕਿਹੜੀ ਕਿਹਦੇ ਨਾਲ ਗੱਲ ਆ ਕੇ ਕੱਲ੍ਹ ਹਿਰਕ ਨਾਲ ਤਾਂ ਰਿਸ਼ਤਾ ਕਰਾਇਆ ਨਹੀਂ ਜਾਂਦਾ ਹਾਂਜੀ ਕੱਲ੍ਹ ਨੂੰ ਜੇ ਕੋਈ ਨਸ਼ੇ ਵਾਲਾ ਬੰਦਾ ਟੱਕਰ ਗਿਆ ਤੈਨੂੰ ਪਤਾ ਨਾਲੇ ਉਹਦੀ ਜ਼ਿੰਦਗੀ ਤਾਂ ਪਹਿਲੀ ਖਰਾਬ ਆ ਵਿਚਾਰੀ ਦੀ ਦੁਬਾਰੇ ਖਰਾਬ ਹੋ ਜੂਗੀ ਵੀ ਤਾਂ ਕਰਕੇ ਮੇਰੇ ਦਿਮਾਗ 'ਚ ਤੂੰ ਆਇਆ ਸੀ ਮੈਂ ਕਰਦਾ ਤੇਰੇ 'ਤੇ ਵਿਸ਼ਵਾਸ ਦੇਖ ਮੇਰਾ ਵਿਸ਼ਵਾਸ ਨਾ ਤੋੜੀ ਤੁਹਾਨੂੰ ਪਤਾ ਹੀ ਮੇਰੇ ਬਾਰੇ ਦਾ ਬਸ ਮੈਂ ਤਾਂ ਹੀ ਤੈਨੂੰ ਕਿਹਾ ਗਾ ਵੀ ਜੇ ਤੂੰ ਕਹੇਗਾ ਫਿਰ ਤਾਂ ਆਪਾਂ ਉੱਥੋਂ ਗੱਲ ਤੋੜ ਲੈਂਦੇ ਹਾਂ ਨਾ ਤੋਰੋ ਹੀ ਗੱਲ ਕੋਈ ਗੱਲ ਹੈ ਤੋਰੋ ਵਧੀਆ ਉੱਥੇ ਰਹੀ ਕਿਤੇ ਜਾਣਾ ਨਹੀਂ ਆਉਣਾ ਨਹੀਂ ਕਿਤੇ ਤੈਨੂੰ ਲੋੜ ਨਹੀਂ ਮੇਰਾ ਕਿਹੜਾ ਹੈਗਾ ਜੀ ਕੋਈ ਬਸ ਤਾਂ ਹੀ ਤੈਨੂੰ ਕਹਿਣਾ ਵੀ ਇਕੱਲਾ ਜਾਣਾ ਗਾ ਉੱਥੇ ਰਹਿਣਾ ਟਾਓ ਨਾ ਕੰਮ ਕਰੀ ਆਪਦਾ ਜ਼ਮੀਨ ਤੇਰੇ ਕੋਲ ਹੈਗੀ ਚੁੱਪ ਕਰਕੇ ਠੇਕੇ ਤੇ ਲਾ ਦਿਆ ਕਰੀ ਤੈਨੂੰ ਰਾਜਾ ਬਾਬੂ ਬਣ ਜਾਏਗਾ ਉੱਥੋਂ ਦਾ ਠੀਕ ਹੈ ਜੀ ਉਹ ਸਾਰੀ ਕਬੀਲਦਾਰੀ ਤੇਰੇ ਹੱਥ ਆ ਜੂਗੀ ਹਾਂਜੀ ਹਾਂਜੀ ਉਹਨਾਂ ਨੂੰ ਕਹਿੰਦੇ ਹੁੰਦੇ ਘਰ ਜਮਾਈ ਚਾਹੀਦਾ ਲੋੜ ਆ ਵਧੀਆ ਤੇ ਤੈਨੂੰ ਸਾਰਾ ਕੁਝ ਮਿਲ ਜੂ ਨਾ ਪਰਿਵਾਰ ਮਿਲ ਜੂ ਨਾ ਘਰ ਬਾਰ ਮਿਲ ਜੂਗਾ ਹਾਂਜੀ ਹੈ ਪਰਿਵਾਰ ਕਹਿੰਦੇ ਹੁੰਦੇ ਬਣੇ ਬਣਾਏ ਮਿਲ ਜੇ ਬਹੁਤ ਚੰਗੀ ਗੱਲ ਹੁੰਦੀ ਆ ਹਾਂਜੀ ਹਾਂ ਤੈਨੂੰ ਸਾਰਾ ਕੁਝ ਮਿਲ ਤੈਨੂੰ ਮੈਂ ਤਾਂ ਬੁਲਾਇਆ ਸੀਗਾ ਤੁਸੀਂ ਤੋਰੋ ਜੀ ਅੱਗੇ ਗੱਲ ਤੋਰੋ ਬਸ ਠੀਕ ਆ ਉਹ ਆਪਾਂ ਤੋਰਨੇ ਕੀ ਆ ਆਪਣੇ 'ਚ ਹੀ ਆ ਕਰਕੇ ਮੈਂ ਗੱਲਬਾਤ ਉਹਨਾਂ ਨਾਲ ਬਸ ਤੁਹਾਡਾ ਕੰਮ ਨਿਬੇੜੇ ਦਿੰਦਾ ਬਾਹਲਾ ਟਾਈਮ ਨਹੀਂ ਫਿਰ ਮੈਂ ਪਾਉਂਦਾ ਠੀਕ ਠੀਕ ਹੈ ਠੀਕ ਬਸ ਇਸ ਕਰਕੇ ਬੁਲਾਇਆ ਸੀ ਫਸਾ ਗੱਲ ਦਾ ਧਿਆਨ ਰੱਖੀ ਇਹਨਾਂ ਬਸ ਠੀਕ ਅੱਜ ਵਿਸ਼ਵਾਸ ਨਾ ਤੋੜੀ ਨਾ ਨਾ ਜੀ ਤੁਹਾਨੂੰ ਪਤਾ ਜੀ ਬਸ ਠੀਕ ਹੈ ਕੋਈ ਗੱਲ ਨਹੀਂ ਫਿਰ ਮੈਂ ਕਰਦਾ ਉਹਨਾਂ ਨਾਲ ਗੱਲ ਅਤੇ ਫਿਰ ਤੈਨੂੰ ਮੈਂ ਫੋਨ 'ਤੇ ਦੱਸੂੰਗਾ ਠੀਕ ਹੈ ਚੰਗਾ ਜੀ ਚੰਗਾ ਭਾਈ ਧੰਨਵਾਦ ਲੈ ਵਿਚਾਰਨਿਆ ਆਹ ਤਾਂ ਬਣ ਗਈ ਗੱਲ ਅਤੇ ਮੁੰਡਾ ਵੀ ਵਧੀਆ ਹੈਗਾ ਹੈ ਆਪਣਾ ਵਿਸ਼ਵਾਸ ਵੀ ਰੱਖੂਗਾ ਇਸੇ ਨੇ ਕਰਵਾਉਣਾ ਰਿਸ਼ਤਾ ਇਹਦਾ ਨਾਲੇ ਤਾਂ ਉਹਦਾ ਘਰ ਵੱਧ ਜੂਗਾ
ਤੇ ਨਾਲੇ ਇਹਦਾ ਵੱਜ ਜੂਗਾ, ਦੋਨਾਂ ਦੀ ਵੱਜੂਗਾ, ਇੱਕ ਤਾਂ ਨਹੀਂ ਵੱਜਦਾ, ਚੱਲ ਟਾਈਮ ਪਾਸ ਵਿਚਾਰੇ ਦਾ ਹੋ ਹੀ ਜਾਊਗਾ, ਫਿਰ ਦੇਖੂੰਗਾ ਮੈਂ ਚੰਨੀ ਕੀ ਕਰਦਾ ਗਾ। ਪਹਿਲਾਂ ਚੰਨੀ ਨਹੀਂ ਟਿਕਣ ਦਿੰਦਾ, ਅਸੀਂ ਕਿੱਡਾ ਕੁ ਮੰਤਰੀ ਬਣਿਆ ਬੈਠਾ ਗਾ, ਜਿਵੇਂ ਆਪ ਹੀ ਪ੍ਰਧਾਨ ਮੰਤਰੀ ਹੁੰਦਾ ਗਾ, ਪ੍ਰਧਾਨ ਮੰਤਰੀ ਦੀ ਰੀਸ ਕਰਦਾ ਗੱਲ, ਡੂਢ ਗੱਠ ਦਾ ਬੰਦਾ ਗਾ, ਜੇ ਮੈਨੂੰ ਲੱਗਦਾ ਮਾੜਾ ਮੋਟਾ ਹੋਰ ਵੱਡਾ ਹੁੰਦਾ ਨਾ, ਸਾਰੇ ਪਿੰਡ ਨੂੰ ਕੀ ਨਾ ਮਾਰ ਦਿੰਦਾ, ਹਜੇ ਵੀ ਰੱਬ ਨੇ ਉਹਨੂੰ ਥਾਂ ਸਿਰ ਹੀ ਰੱਖਿਆ ਗਾ। ਕੀ ਕਰੀ ਜਾਂਦੇ ਹੋ ਜੀ? ਕੋਈ ਮੈਂ ਦੇਖ ਚੈੱਕ ਕਰਾ, ਪੇਮੈਂਟ ਆਉਣੀ ਸੀ। ਤੁਹਾਨੂੰ ਗੱਲ ਯਾਦ ਨਹੀਂ ਹੈਗੀ, ਅੱਜ ਤੁਸੀਂ ਕਿਤੇ ਜਾਣਾ ਸੀਗਾ। ਕਿੱਥੇ ਜਾਣਾ ਸੀ? ਬੇਬੇ ਦਾ ਫੋਨ ਨਹੀਂ ਆਇਆ ਸੀ ਰਜਿਸਟਰੀ ਕਰਾਉਣ ਵਾਸਤੇ? ਓਏ ਹਾਂ ਹੱਚ। ਤਹਿਸੀਲਦਾਰ ਦਾ ਵੀ ਆਇਆ ਸੀਗਾ ਫੋਨ, ਉਹ ਕਹਿੰਦੇ ਪਹਿਲੀਆਂ 'ਚ ਆ ਜਾਓ, ਫਟਾਫਟ ਕੰਮ ਕਰ ਦਾਂਗੇ, ਜ਼ਿਆਦਾ ਲੇਟ ਨਾ ਕਰੋ ਤੁਸੀਂ। ਫਿਰ ਤੂੰ ਐਂ ਕਰ, ਰੋਟੀ ਖਾ, ਰੋਟੀ ਖਾ ਕੇ ਜਾਊਂਗਾ। ਰੋਟੀ ਆ ਕੇ ਖਾ ਲਿਓ ਤੁਸੀਂ, ਉਹ ਟਾਈਮ ਲੱਗ ਜਾਂਦਾ ਉੱਥੇ। ਬਣਾ ਦਿੰਦੀ ਹਾਂ ਮੈਂ। ਹਾਂ ਟਾਈਮ ਤਾਂ ਦੇਖ ਲਓ, 10 ਤੋਂ ਵੀ ਉੱਪਰ ਹੋ ਗਏ ਤਾਂ ਬੱਚੇ ਆ ਗਏ। ਉਹ ਤਾਂ ਵੀ ਟਾਈਮ ਤੇ ਲੱਗ ਜਾਂਦਾ, ਨਾ ਆਪਾਂ ਪਹਿਲਾ ਨੰਬਰ ਲੱਗ ਜੂਗਾ। ਸਿਲਦਾਰ ਨੇ ਕਿਹਾ ਹੋਇਆ ਉਹ ਲੇਟ ਆਈ, ਉਹ ਪਹਿਲਾਂ ਆਈ, ਤੇਰਾ ਪਹਿਲਾ ਨੰਬਰ ਲੱਗ ਜੂਗਾ। ਸਬਜ਼ੀ ਬਣੀ ਵੀ, ਰੋਟੀ ਮੈਂ ਦਵਾ ਦਵ ਲਾ ਦਿੰਦੀ ਹਾਂ, ਖਾ ਕੇ ਚੱਲ ਜਾਓ ਤੁਸੀਂ। ਹਾਂ ਚੱਲਾ ਜੀ। ਲਾ ਕੰਮ ਕੀ ਮੇਰੇ ਭੁੱਲ ਗਈ, ਮੈਂ ਦਿਮਾਗ 'ਚ ਨਹੀਂ ਕਰੇ, ਐਡਾ ਵੱਡਾ ਕੰਮ ਸੀ, ਲੈ ਪਹਿਲਾਂ ਉੱਤਰੀ ਚਾਹੀਦੀ ਆ, ਰੋਟੀ ਖਾਈ। ਲੱਗਦਾ ਨਹੀਂ ਸੀ ਮੌਤ ਆਈ ਆ, ਨਾਲੇ ਕਿਹਾ ਸੀ ਚੰਗਾ ਭਲਾ ਵੀ ਆ ਜਾਓ। ਅੱਗੇ ਬਾਅਦ 'ਚ ਮਰੀ ਜਾਂਦਾ, ਕਿਵੇਂ ਕਰਾਂ ਯਾਰ, ਇੱਕੋ ਗੱਲ ਕਰਨਾ ਹੀ ਪਊਗਾ। ਹਾਂ ਠੀਕ ਕਰਾਉਣੀ ਆ, ਉੱਧਰ ਮੰਤਰੀ ਦਾ ਫੋਨ ਆਈ ਜਾਂਦਾ, ਹੁਣ ਕੀ ਕਰ, ਘਰ ਜਾਂਦਾ ਚੱਬੇ ਦੇ ਧਾਣੀਆਂ 'ਚ ਰਹੀ ਜਾਂਦਾ। ਬੇਬੇ ਕੋਈ ਨਾ ਬੇਬੇ, ਫਿਰ ਕੀ ਹੁੰਦਾ, ਮੈਨੂੰ ਖਾ ਜੂਗਾ। ਚੁੱਪ ਕਰ, ਚੁੱਪ ਕਰਕੇ ਬਾਈ ਜੀ। ਬੇਬੇ ਆ ਜਾ ਭਾਈ, ਆ ਜਾ, ਚੰਨੀ ਆ, ਆ ਜਾ ਬਾਈ। ਬੇਬੇ ਤੇਰੀ ਕੀ ਸਲਾਹ? ਕੀ ਸਲਾਹ ਹੋਣੀ ਸੀ ਮੇਰੀ? ਤੂੰ ਕਚਹਿਰੀਆਂ 'ਚ ਨਹੀਂ ਆਈ? ਮੈਂ ਸਜਾਇਆ ਨਹੀਂ ਗਿਆ। ਬਾਬੇ ਇਹ ਕੀ ਬਹਾਨਾ ਲੈ, ਗੋਡੇ ਡੁੱਗਦੇ ਨਹੀਂ ਜਾ ਜਾਂਦਾ, ਮੈਂ ਕੀ ਕਰਾਂ। ਉਹ ਮੈਨੂੰ ਫੋਨ ਕਰ ਦੀ, ਮੈਂ ਲਿਆਉਂਗਾ ਗੱਡੀ, ਤੇ ਹੁਣ ਵੀ ਗੱਡੀ ਤੇ ਆਇਆ ਮੈਂ। ਚੱਲ ਹੁਣ ਦੱਸ ਕੀ ਗੱਲ। ਬੇਬੇ ਤੈਨੂੰ ਗੱਲ ਦਾ ਹੀ ਨਹੀਂ ਪਤਾ, ਉਹ ਰਜਿਸਟਰੀ ਕਰਾਉਣੀ ਸੀ, ਕਿੱਥੇ ਰਹੀ? ਤਾਂ ਉਹਦਾ ਸਰਪੰਚ ਨਾਲ ਦਵਾਈ ਲੈਣ ਗਈ ਹੈ, ਪਤਾ ਕਿੰਨੀ ਢਿੱਲੀ ਹੋਈ ਪਈ ਹੈ। ਬੇਬੇ ਤੂੰ ਹਰ ਗੱਲ ਵਾ ਆਪਦੀ ਜ਼ਬਾਨ ਤੋਂ ਮੁੱਕਰ ਜਾਂਦੀ ਹੈ, ਮੈਨੂੰ ਗੁੱਸਾ ਨਾ ਚੜਾ, ਫਿਰ ਦੇਖ ਰਿਹਾ ਜੇ ਮੇਰਾ ਗੁੱਸਾ ਚੜ ਗਿਆ ਨਾ, ਮੁੜ ਕੇ ਫਿਰ ਉਹ ਪਛਤਾਏਗੀ ਵੇਲੇ ਨੂੰ। ਤੂੰ ਮੈਨੂੰ ਮਾਰ ਦੇ। ਉਹ ਬੇਬੇ ਤੈਨੂੰ ਮਾਰ ਕੇ ਮੈਂ ਕੀ ਕਰਨਾ, ਮਰੇ ਸੱਪ ਨੂੰ ਮੈਂ ਹੋਰ ਮਰ ਕੀ ਕਰਾਂ ਮੈਂ। ਤੂੰ ਰਾਹ ਨਹੀਂ ਦੇ ਰਹੀ ਮੈਨੂੰ ਲੱਗਦਾ, ਜਾਣ ਕੇ ਭੇਜੀ ਲਾ ਦੇ ਰਹੀ ਤੈਨੂੰ। ਤੂੰ ਕਾਹਨੂੰ ਭੇਜੀਏ ਜਾਣ ਕੇ, ਤੈਨੂੰ ਪਤਾ ਤਾਂ ਹੈ ਕਿੰਨੀ ਦਾ ਉਹਦੀ ਲੱਤ ਦੁਖਦੀ ਹੈ, ਕਿੰਨਾ ਕੁੱਟ ਮਾਰ ਕੇ ਗਏ, ਤੁਹਾਨੂੰ ਵੀ ਪਤਾ ਹੋਣਾ। ਬੇਬੇ ਤੂੰ ਵੀ ਤੋੜਵਾਉਣੀ ਆਪਦੀਆਂ ਲੱਤਾਂ, ਲੱਗਦਾ ਐਂ ਕਿਵੇਂ ਤੋੜ ਦੇਗਾ ਤੂੰ, ਤੋੜ ਦੂਗਾ ਲੱਤਾਂ, ਮੈਨੂੰ ਮਾਰ ਕੇ ਕੀ ਕੱਢੇਗਾ, ਮੈਂ ਤਾਂ ਮਰਿਆ ਸੱਪ ਆ, ਐਵੇਂ ਗਲ ਪਾਉਂਦੇ ਨੇ। ਮੈਂ ਤੈਨੂੰ ਕਹੀ ਜਾਂਦਾ। ਕੀ ਕਹੀ ਜਾਂਦਾ ਤੂੰ? ਮਰਿਆ ਸੱਪਾਂ ਤੂੰ। ਹਾਂ ਫਿਰ ਉਹੀ ਤਾਂ ਗੱਲ ਹੈਗੀ ਬੇਬੇ, ਆਪਦੇ ਦੋਤੇ ਦੀ ਜਾਨ ਬਚਾਲਾ, ਮੈਂ ਤੈਨੂੰ ਐਂ ਕਹਿਣਾ, ਹੋਰ ਕੋਈ ਗੱਲ ਨੀ, ਬਾਅਦ ਤੂੰ ਬੇਲੇ ਨੂੰ ਪਛਤਾਏਗੀ। ਮੈਂ ਨਾ ਉਹਦੇ ਹਾੜੇ ਕੱਢ ਲਏ ਕੁੜੀ ਦੇ, ਇੰਨੀ ਜਿੱਦਣ ਜਵਾਕਾਂ ਵਾਂਗੂ ਕੋਈ ਅੰਤ ਨਹੀਂ, ਨਹੀਂ ਮੰਨੀ ਮੇਰੀ ਗੱਲ ਉਹ। ਬੇਬੇ ਕਿੱਥੇ, ਕਿਹੜੇ ਡਾਕਟਰ ਦੇ ਗਈ ਆ ਉਹ?
ਐ ਮੈਨੂੰ ਤਾਂ ਪਤਾ ਨਹੀਂ ਕਿਹਦੇ ਲੈ ਕੇ ਜਾਊਗਾ ਉਹ ਪੰਚ ਲਗਿਆ ਸਰਪੰਚ ਦੇ ਕੱਡਾ ਕੱਢਣਾ ਸਰਪੰਚ ਸਰਪੰਚ ਉਹਨੂੰ ਬਣਾ ਲਿਆ ਤੁਸੀਂ ਰੱਬ ਹੁਣ ਤਾਂ ਤੁਹਾਨੂੰ ਪੈਸੇ ਹੀ ਮਿਲਦੇ ਆ ਅਤੇ ਜ਼ਮੀਨ ਵੀ ਡਬਲ ਦੇ ਦੋ ਤਿੰਨ ਆਪਸ਼ਨਾਂ ਬਾਅਦ ਸਰਕਾਰ ਨੇ ਘੇਰਨੀ ਨਾ ਕੁਛ ਪੱਲੇ ਨਹੀਂ ਪੈਣਾ ਤੁਹਾਡੇ ਮੈਂ ਕੀ ਕਰਾਂ ਜੀ ਨਹੀਂ ਮੰਨਦੀ ਹੈਗੀ ਨਾ ਹੀ ਪੱਲੇ ਪਊਗਾ ਨਾ ਸੀ ਮੇਰੇ ਕੀ ਸਾਰੇ ਫਿਰ ਹੁਣ ਨਾਲੇ ਜ਼ਮੀਨ ਇਹਨਾਂ ਦੀ ਹੈ ਕੁੜੀ ਦੀ ਮੇਰੇ ਤਾਂ ਨਹੀਂ ਹੈਗੀ ਮੈਂ ਤਾਂ ਮਿਲ ਆਈ ਹਾਂ ਇਹਦੇ ਕੋਲ ਮੈਨੂੰ ਕੀ ਪਤਾ ਯਾਰ ਸਿਆਪਾ ਪਊਗਾ ਉੱਤੇ ਐਂ ਪਤਾ ਹੁੰਦਾ ਮੈਂ ਤਾਂ ਆਉਂਦੀ ਅੱਖਾਂ 'ਚ ਕੁਛ ਝੋਨਾ ਲੈ ਲੈ ਕੇ ਰੋਏਗੀ ਤੂੰ ਦੇਖ ਲਈ ਆਓ ਦੇਖੀ ਹੋਊ ਜਿਵੇਂ ਕਿਹੜਾ ਮੈਨੂੰ ਹੁਣ ਮੈਨੂੰ ਕਰਨਾ ਪਊ ਇੱਕ ਪਾਸਾ ਐਂ ਨਹੀਂ ਮੰਨਦੇ ਤੁਸੀਂ ਬੂਹਾ ਮਰਿਆ ਤਾਂ ਧਮਕੀ ਮਾਰ ਦੇਣਾ ਮੈਂ ਕੀ ਕਰਾਂ ਕਿੰਨਾ ਹਕਾਰ ਹੈ ਬੰਦਾ ਹੈਗਾ ਹੁਣ ਮੈਂ ਜਾਵਾਂ ਕਿੱਧਰ ਕਰਦੀ ਹਾਂ ਕੁੜੀ ਨਾਲ ਦੱਸ ਹੁਣ ਮੰਨ ਜਾ ਹੁਣ ਤੱਕ ਧੀਏ ਮੰਨ ਜਾ ਨੀ ਆ ਜਾ ਹੁਣ ਆ ਜਾ ਤਾਂ ਗਿਆ ਆਇਆ ਸੀ ਕੰਜਰ ਜੰਨੀ ਤਾਂ ਪਾ ਲੈਣ ਤਾਂ ਮਰਦਾ ਵੀ ਨਹੀਂ ਕਬੀਜ ਇਹਨੇ ਤਾਂ ਕੀ ਮਰਨਾ ਮੈਨੂੰ ਤਾਂ ਲੱਗਦਾ ਆਪਣੇ ਦਿਨ ਟਾਈਮ ਨੇੜੇ ਆਇਆ ਲੱਗਦਾ ਮੈਨੂੰ ਤਾਂ ਕੀ ਟਾਈਮ ਨੇੜੇ ਆ ਗਿਆ ਨਾ ਤੂੰ ਮੰਨੇ ਤੂੰ ਤਾਂ ਉਹ ਫੇਰਾ ਚੱਪਦਾ ਹੈ ਕੋਈ ਟੁੱਟ ਮਾਰਦੀ ਕਰ ਲੈ ਛੱਡ ਖਾ ਲਿਆ ਚੁੱਲ੍ਹੇ 'ਚ ਜਾਣੇ ਨੇ ਇੱਥੋਂ ਕੋਈ ਚੱਕ ਕੇ ਮਾਰਦੀ ਤੈਨੂੰ ਕਿਹੜਾ ਕਿਸੇ ਨੇ ਕੁਛ ਕਹਿਣਾ ਸੀ ਹਾਂ ਮੈਨੂੰ ਤਾਂ ਕੁਛ ਕਹਿਣਾ ਨਹੀਂ ਸੀ ਮੈਂ ਕੀ ਲੱਗਦੀ ਸੀ ਉਹਦੀ ਪਤਾ ਕਿੰਨੀਆਂ ਧਮਕੀਆਂ ਦੇ ਜਾਂਦਾ ਹੈਗਾ ਤੈਨੂੰ ਆ ਪਤਾ ਮਰਨ ਦੇ ਦਿਨ ਤਾਂ ਹੁਣ ਉਹਦੇ ਨੇੜੇ ਆਏ ਹੋਏ ਨੇ ਮਰੂਗਾ ਹੁਣ ਉਹ ਮੇਰੇ ਹੱਥੋਂ ਜਿੱਦੇ ਮਰਜ਼ੀ ਦੇਖੀ ਚੱਲੀ ਤੂੰ ਉਹ ਤਾਂ ਮੈਨੂੰ ਮਾਰਨ ਨੂੰ ਫਿਰਦਾ ਤੈਨੂੰ ਨਾ ਕਿਤੇ ਮਾਰਦੇ ਹੋਰ ਉਹ ਕਹਿੰਦੇ ਜਦੋਂ ਰਾਹ ਨਹੀਂ ਦਿੰਦੇ ਹੈਗੇ ਫਿਰ ਆਪੀ ਉਹ ਕਹਿੰਦਾ ਮੈਂ ਆਹਦਾ ਕਈ ਕੀ ਲੈਣਾ ਮਰਿਆ ਸੱਪ ਗਲ ਕੌਣ ਉਹ ਤੇ ਬਿੱਕਰ ਦੀ ਚੱਕ ਚ ਕਰ ਗਿਆ ਜਿਹੜਾ ਕੁਛ ਕਰ ਗਿਆ ਤੈਨੂੰ ਮਾਰੂਗਾ ਉਹ 20 ਵਾਰੀ ਆਇਆ ਧਮਕੀਆਂ ਦੇਣ ਤੋਂ ਇਲਾਵਾ ਤੇ ਪੱਲੇ ਕੁਛ ਨਹੀਂ ਹੈਗਾ ਅੱਜ ਤਾਂ ਇਕੱਲੇ ਹੀ ਅੱਜ ਤਾਂ ਬਿੱਕਰ ਮਰਨਾ ਨਹੀਂ ਸੀਗਾ ਨਾਲ ਗੰਡੋਇਆ ਜਾ ਉਹ ਤਾਂ ਆਪ ਵੱਢਣ ਵਾਲਾ ਹੋਇਆ ਪਿਆ ਬਿੱਕਰ ਉਹ ਕੀ ਘੱਟ ਨਹੀਂ ਨਾ ਤੈਨੂੰ ਉਹ ਤਾਂ ਆਪ ਹਕਾਰਾ ਹੋਇਆਗਾ ਤੂੰ ਦੇਖੀ ਚੱਲੀ ਬੇਬੇ ਜਿੱਦੇ ਮਰੇ ਇਹ ਦੋਨੇ ਮੇਰੇ ਹੱਥੋਂ ਹੀ ਮਰਨਗੇ ਛੱਡਦੀ ਨਹੀਂ ਹੈਗੀ ਇਹਨਾਂ ਨੂੰ ਮੈਂ ਕੰਜਰਾਂ ਨੂੰ ਨਹੀਂ ਜਦੋਂ ਮਾਰੇਗੀ ਉਹਨਾਂ ਨੂੰ ਦੇਖੀ ਉੱਪਰ ਆਪ ਲੋਟ ਕਰ ਲਾ ਲੱਤ ਜੀ ਨੂੰ ਬੇਬੇ ਮੈਂ ਠੀਕ ਹੋ ਜੂੰਗੀ ਠੀਕ ਆ ਤੂੰ ਹਾਂ ਮੇਣਾ ਜਾਂ ਨਾ ਮਾਰਿਆ ਕਰ ਨਾਲੇ ਮੈਂ ਡਾਕਟਰ ਪੁੱਛ ਲੈ ਐਕਸਰਸਾਈਜ਼ ਕਰਿਆ ਕਰੂੰਗੀ ਡੇਲੀ ਐਕਸਰਸਾਈਜ਼ ਤਾਂ ਕਰਨੀ ਪਊ ਨਹੀਂ ਆਈ ਖੜ ਜੂ ਸਿੱਧੀ ਆਈ ਕਿਵੇਂ ਖੜ ਜੂ ਆਹੋ ਤੇਰੇ ਬੋਲ ਫੁਰਨ ਲੱਗ ਗਏ ਬਸ ਠੀਕ ਆ ਫਿਰ ਤਾਂ ਚੰਨੀ ਕਿੱਦੇ ਦਾ ਮਰਿਆ ਹੁੰਦਾ ਜੇ ਤੇਰੀ ਜਵਾਨ ਸੱਚੀ ਹੁੰਦੀ ਹੁੰਦੀ ਹਾਂ ਉਹ ਤੇ ਮੇਰਾ ਕੋਈ ਬੋਲ ਨਹੀਂ ਫੁਰਦਾ ਹੁਣ ਤਾਂ ਮੈਂ ਕਹਿੰਦੀ ਮੇਰੇ ਬੋਲ ਤਾਂ ਪੂਰੇ ਹੁੰਦੇ ਸੀ ਸੱਚੀ ਲੈ ਹਾਂ ਪਰ ਉਹ ਤਾਂ ਕੁਛ ਵੀ ਨਹੀਂ ਲੱਗਦਾ ਢਹਿ ਜਾਣੇ ਤਾਂ ਉਹ ਤੇ ਕੋਈ ਬੋਲ ਹੀ ਨਹੀਂ ਚੱਲਦਾ ਹੈਗਾ ਬੇਬੇ ਉਹ ਨਾ ਪੂਰੇ ਬੰਦੇ ਤੇ ਬੋਲ ਲੱਗਦੇ ਨੇ ਉਹ ਅੱਧੇ ਤਾਂ ਲੱਗ ਗਏ ਬਸ ਥੋੜੇ ਜਿਹੇ ਰਹਿ ਗਏ ਹੁਣ ਤੇਰੇ ਬੋਲ ਪੂਰੇ ਬੋਲ ਵੀ ਉਹਦੇ ਵੀ ਲੱਗਦੇ ਹੁੰਦੇ ਜਿਹਦੇ 32 ਦੰਦ ਪੂਰੇ ਹੋਣ ਮੇਰੀਆਂ ਦੋ ਜਾੜਾਂ ਨਿਕਲ ਗਈਆਂ ਤਾਂ ਨਹੀਂ ਲੱਗਦੇ ਹੈਗੇ ਪਰ ਤੂੰ ਹਾਂ ਕਹਿ ਮੈਂ ਚੰਨੀ ਦੇ ਕੱਦ ਚ ਕਸੂਰ ਕੱਢੀ ਜਾਨੀ ਆ ਹਾਂ ਸਹੀ ਗੱਲ ਆ ਹੁਣ ਨਹੀਂ ਮੇਰੇ ਬੋਲ ਫੁਰਦੇ ਹੈ ਕਿੰਨੇ ਜ਼ੋਰ ਲਈ ਜਾਂਦੇ ਹੈ ਪਤਾ ਨਹੀਂ ਕੀ ਹੋਇਆ ਸਿਰ ਦਰਦ ਨਹੀਂ ਠੀਕ ਹੋ ਰਿਹਾ ਤੁਹਾਨੂੰ ਕੀ ਹੋ ਗਿਆ ਨਾਲੇ ਡੰਡੇ ਕਿਉਂ ਚੱਕੀ ਫਿਰਦੇ ਹੋ ਯਾਰ ਗੁੱਸਾ ਚੜਾ ਰੱਖਿਆ ਉਹਨਾਂ ਨੇ ਯਾਰ ਰੀਤ ਨੇ ਨਾ ਗੰਦੀ ਨਾਲੀ ਦੀ ਕੀੜੀ ਆ ਪਤਾ ਨਹੀਂ ਕੀ ਹੋ ਗਿਆ ਹੁਣ ਕੀ ਕਹਿਤਾ ਹੁਣੇ ਉਹ ਕਹਿਣਾ ਕੀ ਆ ਹਰ ਵਾਰੀ ਮੁੱਕਰ ਜਾਂਦੇ ਉਹਦੀ ਮਾਂ ਕਹਿੰਦੇ ਰਜਿਸਟਰੀ ਕਰਾਵਾਂਗੇ ਤੇ ਆਪ ਮੁੱਕਰ ਜਾਂਦੀ ਹੈ ਮੈਂ ਉੱਕਰੇ ਜਾ ਕੇ ਆਇਆ ਉੱਥੇ ਮਿਲੀ ਨਹੀਂ ਪਤਾ ਕਿੱਧਰ ਭਾਗੀ ਸਰਪੰਚ ਨਾਲ ਨਿਕਲ ਕੇ ਲੈ ਫੇਰ ਮੁੱਕਰ ਗਈ ਇਹਨਾਂ ਦਾ ਕੋਈ ਹਿਸਾਬ ਕਿਤਾਬ ਨਹੀਂ ਹੈਗਾ ਮੈਂ ਤਾਂ ਤੁਹਾਨੂੰ ਪਹਿਲੇ ਹੀ ਕਹਿੰਦੀ ਆ ਜ਼ਮੀਨ ਛੱਡੋ ਕਿਤੇ ਹੋਰ ਦਾ ਹਿੱਲਾ ਕਰ ਲਓ ਉਹ ਜ਼ਮੀਨ ਕਿਵੇਂ ਛੱਡਦੀ ਏ ਮੰਤਰੀ ਨੇ ਲੈਣੀ ਆ ਕਰੋੜਾਂ ਰੁਪਏ ਦੀ ਆ ਮੰਤਰੀ ਨੂੰ ਕਹੋ ਨਾ ਫਿਰ ਤੁਸੀਂ ਮੈਥੋਂ ਨਹੀਂ ਦਵਾਈ ਜਾਂਦੀ ਜਿੰਨਾ ਜ਼ੋਰ ਹੈ ਨਾ ਤੁਸੀਂ ਉਹ ਤੇ ਲਾ ਦਿਓ ਆਪੇ ਲੈਣਗੇ ਉਹ ਜ਼ਮੀਨ ਓਏ ਆਪਾਂ ਤੁਸੀਂ ਠੇਕਾ ਲੈ ਰੱਖਿਆ ਉਹ 7 ਕਿੱਲੇ ਆਪਾਂ ਦੇ 3-3 ਕਰੋੜ ਦੇ ਵਿਕਦੇ ਆ ਉਹ ਮਰੀ ਜਾਂਦੇ ਆਪਦੇ
ਫਿਰ ਹੁਣ ਮੈਂ ਕੀ ਕਰ ਸਕਦੀ ਆ? ਉਹ ਤੂੰ ਕੁਛ ਨਹੀਂ ਕਰਨਾ, ਕਰਨਾ ਤਾਂ ਮੈਂ ਹੀ ਆ। ਮੈਨੂੰ ਜੁਗਾੜ ਲੱਭਣਾ ਪਊਗਾ। ਸੱਚ ਇੱਕ ਹੋਰ, ਉਹ ਵਿਆਹ ਕਰਨ ਨੂੰ ਕਹਿੰਦੀ ਆ। ਵਿਆਹ? ਹਾਂ, ਨਾਲੇ ਤਾਂ ਕਹਿੰਦੀ ਮੈਂ ਵਿਆਹ ਕਰਾਉਣਾ ਨਹੀਂ। ਹੁਣ ਵਿਆਹ ਲਈ ਝੱਟ ਮੰਨ ਗਈ, ਕੀ ਚੱਕਰ ਇਹ? ਮੈਂ ਸੁਣਿਆ ਉਹ ਵਿਆਹ ਕਰਾਉਣ ਨੂੰ ਫਿਰਦੀ ਆ। ਜੀ ਭੁਲੇਖਾ ਲੱਗਿਆ ਹੋਣਾ ਤੁਹਾਨੂੰ। ਉਹ ਨਹੀਂ ਲੱਗਿਆ ਭੁਲੇਖਾ ਯਾਰ, ਮੈਨੂੰ ਪੱਕੇ ਬੰਦੇ ਨੇ ਸੀ ਜਿਹੜੀ ਦਿੱਤੀ ਆ, ਗੁਆਂਢੀ ਨੇ। ਗੁਆਂਢੀ ਵੀ ਇਹੋ ਜਿਹਾ ਹੀ ਹੋਣਾ ਉਹਦੇ ਵਰਗਾ। ਨਹੀਂ, ਕਿਹੜੇ ਮੁੰਡੇ ਨਾਲ ਵਿਆਹ ਹੋ ਰਿਹਾ? ਉਹਦਾ ਹੋ ਨਹੀਂ ਰਿਹਾ, ਰਿਸ਼ਤਾ ਕਰਨਾ, ਸਰਪੰਚ ਕਰਾ ਰਿਹਾ। ਇਹ ਸਰਪੰਚ ਵੀ ਨਾ ਇਹੋ ਜਿਹਾ ਹੀ ਹੈ, ਇਹ ਕਿਹੜਾ ਟਿੱਕੇ ਬਹਿੰਦਾ ਲੱਗਿਆ ਹੋਇਆ ਰੀਤ ਦੇ ਮਗਰ, ਮੈਨੂੰ ਤਾਂ ਨਾ ਦਾਲ ਚ ਕਾਲਾ ਲੱਗਦਾ। ਉਹ ਗੰਢ ਜੀ ਨਾ, ਲੋਟ ਹੀ ਨਹੀਂ ਆਉਂਦੀ। ਤੁਸੀਂ ਐਂ ਕਰੋ, ਜਾ ਕੇ ਮੇਰੇ ਲਈ ਨਾ ਸਿਰ ਦਰਦ ਦੀ ਦਵਾਈ ਲੈ ਕੇ ਆਓ। ਸਵੇਰ ਦੀ ਮੈਂ ਸੋਈ ਜਾਂਦੀ ਹਾਂ, ਮੇਰਾ ਸਿਰ ਦਰਦ ਨਹੀਂ ਠੀਕ ਹੋ ਰਿਹਾ। ਉਹ ਤੇਰਾ ਸਿਰ ਦਰਦ ਮੇਰਾ, ਛਾਪਰ ਦੇ ਮੂੰਹ ਵਾਲੀ ਨਾ ਟਿਕਦੀ ਨਹੀਂ ਉਹ। ਗਾਲਾਂ ਦੇਣ ਨਾਲ ਕੁਛ ਨਹੀਂ ਹੋਣਾ ਹੈਗਾ, ਜਾ ਕੇ ਕੰਮ ਕਰਿਓ। ਕਰਨਾ ਪਊ ਹੱਲ ਉਹਦਾ। ਮੈਂ ਬਸ ਆਪਣਾ ਵੀ ਦਿਮਾਗ ਖਰਾਬ ਕਰਨਾ, ਤੁਸੀਂ ਉਹਦਾ ਵੀ ਕਰਨਾ ਆ। ਚਾਹੁੰਦੀ ਕਿ ਉਹਨੂੰ ਇੱਕ ਥਾਵੇਂ ਬਿਠਾ ਕੇ ਨਾ ਗੱਲ ਕਰ ਲਓ। ਚਾਹੁੰਦੀ ਕਿ ਛਿੱਤਰ ਭਾਲਦੀ ਆ, ਹੋਰ ਕੀ ਆ। ਰੱਜੀ ਨੀ ਲੱਤ ਤੋਂ, ਮੈਂ ਉਦਣ ਮਾਰ ਨੀ ਲੱਗਾ, ਇਹ ਬਿੱਕਰ ਨੇ ਰੋਕ। ਹੈ, ਤੁਸੀਂ ਪਹਿਲਾਂ ਵੀ ਕੁੱਟ ਕੇ ਆਏ ਹੋ? ਤੂੰ ਹੋਰ ਕਿੰਨੇ ਵਾਰ ਦੇ ਛਿੱਤਰ ਖਾ ਲਿਆ, ਇਹ ਸੁਧਰਦੀ ਨਾ। ਇੱਕੋ ਹੀ ਹੱਲ ਹੈ ਫਿਰ ਤਾਂ, ਉਹਨੂੰ ਜਾਨੋ ਹੀ ਮਾਰ ਦੋ, ਤਾਂ ਹੀ ਹਟੂਗੀ ਉਹ। ਉਹ ਜਾਨੋ ਮਾਰਤਾ ਫੇਰ ਕੌਣ ਮਿਲੂ? ਜ਼ਮੀਨ ਨੀ ਮਿਲਣੀ, ਪੱਗਾਂ ਤਾਂ ਇਹ ਆ, ਕਿੰਨੇ ਯਾਰ ਸੈਨ ਨੀ ਹੁੰਦੇ ਉਹਦੇ। ਕਿੰਨੀ ਚਲਾਕ ਜਨਾਨੀ ਹੈ, ਉਹਨੂੰ ਪੈਸੇ ਵੀ ਦੇ ਰਿਹਾ। ਪਹਿਲਾਂ ਤਾਂ ਭਾਵੇਂ ਲੋਕਾਂ ਦੇ ਘਰੇ ਭਾਂਡੇ ਮਾਏ ਮਾਏ ਰੋਈ ਜਾਂਦੀ ਸੀ, ਮੇਰੀ ਜ਼ਮੀਨ ਦਵਾ, ਜ਼ਮੀਨ ਦਵਾ, ਹੁਣ ਜ਼ਮੀਨ ਮੇਰੀ ਹੰਕਾਰ ਦੇ। ਪਹਿਲਾਂ ਕਹਿੰਦੇ ਵੇਚਣੀ ਹੈ, ਵੇਚਣੀ ਹੈ। ਹੰਕਾਰ ਤਾਂ ਐਵੇਂ ਹੀ ਆ ਜਾਂਦਾ, ਪੈਸੇ ਪਿੱਛੇ ਕਿਹੜਾ ਨਹੀਂ ਭੱਜਣਾ ਚਾਹੁੰਦਾ, ਅੱਜ ਕੱਲ੍ਹ ਪੈਸੇ ਹੀ ਮੈਟਰ ਕਰਦਾ। ਪੈਸਾ ਇੰਨਾ ਵੀ ਨਹੀਂ ਕਰਨਾ ਚਾਹੀਦਾ ਯਾਰ, ਦਿਮਾਗ ਖਰਾਬ ਕਰਦੇ ਪੈਸਾ ਚੱਲਦਾ। ਉਹ ਇੰਨਾ ਬਹੁਤ ਆ, 90 ਲੱਖ ਤੇਰੇ ਜਵਾਕ ਦੀ ਜ਼ਿੰਦਗੀ। ਜੇ ਮੈਂ ਉਹਨੂੰ ਮੰਤਰੀ ਨੂੰ ਕਹਿੰਦਾ, ਉਹ ਹੋਰ ਗੁੰਡੇ ਭੇਜੂਗਾ, ਐਂ ਨਹੀਂ ਵੀ ਸਾ ਟੱਬਰ ਨੂੰ ਮਾਰ ਕੇ ਪਾ ਜਾਣਾ। ਉਹੀ ਤਾਂ ਗੱਲ ਹੈ, ਉਹ ਬੁੱਢੀ ਜੀ ਨੂੰ ਨਹੀਂ ਸ਼ਰਮ ਆਉਂਦੀ, ਉਹ ਨਹੀਂ ਆਪਦੀ ਕੁੜੀ ਨੂੰ ਸਮਝਾ ਸਕਦੀ ਹੈਗੀ। ਉਹ ਤਾਂ ਬਹੁਤ ਸਮਝਾਉਂਦੀ ਹੈ, ਉਹ ਹੀ ਨਹੀਂ ਸਮਝਦੀ ਕੁੱਤੇ ਦੇ ਪੂਸ। ਕੁੱਤੇ ਦੀ ਪੂਸ ਕਦੇ ਸਿੱਧੀ ਹੁੰਦੀ ਤਾਂ ਮੈਂ ਦੇਖੀ ਨਹੀਂ। ਵੱਢਣੀ ਪਊ, ਹੋਰ ਤਾਂ ਕੁਛ ਨਹੀਂ, ਫਿਰ ਤਾਂ ਲੋਟ ਹੀ ਆਜੂ। ਕੁੜੀ ਨੇ ਨਾ ਸਾਡੇ ਦੋਨਾਂ ਦਾ ਦਿਮਾਗ ਖਰਾਬ ਕਰਕੇ ਰੱਖਿਆ ਹੋਇਆ। ਬਹੁਤ ਜਿੱਦੀ ਸੀ, 10 ਲੱਖ ਦੀ ਜ਼ਮੀਨ ਮਿਲੀ, ਵਿਕੀ ਜਾਂਦੀ ਸੀ ਉਹਦੀ, ਤੇ ਬਾਅਦ ਚ ਲੱਖ ਚ ਵੇਚੀ ਹੈ, ਨਾਲੇ ਮਰ ਕੇ ਪਰੇ ਗਿਆ, ਨਾਲੇ ਜਵਾਕਾਂ ਦੀ ਜ਼ਿੰਦਗੀ ਖਰਾਬ ਕੀਤੀ। ਅੱਛਾ, ਲੈ ਉੱਥੇ ਸਿੱਖਿਆ ਲੈ ਲੈਂਦੀ ਉਹ, ਟਾਈਮ ਦਾ ਕਿਹੜਾ ਪਤਾ ਆ ਵੀ ਕਦੋਂ ਕਿਹੜਾ ਮਾੜਾ ਸਮਾਂ ਆ ਜੇ। ਚੱਲ ਮੈਨੂੰ ਸਕੀਮ ਲਾਉਣੀ ਪਊਗੀ, ਤੁਸੀਂ ਤਾਂ ਸੋਚੋ, ਮੈਂ ਤਾਂ ਜਾ ਕੇ ਆਰਾਮ ਕਰਦੀ ਹਾਂ। ਤਾਂ ਕਰ ਤੂੰ ਆਰਾਮ, ਹੋਰ ਕਰ ਲਈ ਜੀ ਨਾ, ਚੱਲ ਮੈਂ ਕਰੂੰਗਾ। ਇਹ ਚੰਨਣ ਗਿਰੇ ਵਰਗੀ ਆ ਭੈਣੇ, ਉਹਦੀ ਰੰਗ ਬਦਲ ਲੈਂਦੀ ਆਪਦਾ। ਹੌਲੀ ਹੌਲੀ ਅੰਕਲ ਆ ਜਾ ਪੁੱਤ, ਲੈ ਬਹਿ ਜਾ ਪੁੱਤ ਪਹੁੰਚ ਕੇ। ਓਹੋ ਬੇਬੇ ਆ ਕੀ ਕਰਾਈ ਬੈਠੇ ਹੋ? ਕੁਛ ਹੀ ਨਾ ਪੁੱਤ, ਬਸ ਸਾਡੇ ਨਾਲ ਤਾਂ ਜਿਹੜੀ ਉਹ ਕਰਕੇ ਗਏ ਨੇ। ਬੇਬੇ ਆ ਗੱਲਾਂ ਤੋਂ ਡਰਦਾ ਸੀਗਾ, ਤਾਂ ਹੀ ਮੈਂ ਤੁਹਾਨੂੰ ਸਮਝਾਉਂਦਾ ਸੀਗਾ। ਉਹ ਤਾਂ 2 ਜਣੇ ਸੀ, ਉਹ ਭਾਵੇਂ ਇੱਕ ਹੋਵੇ ਭਾਵੇਂ 2 ਹੋਵੇ, ਪਰ ਦੇਖ ਇਹਦਾ ਕੀ ਹਾਲ ਕਰਤਾ ਜਵਾਕੜੀ ਦਾ। ਬੇਬੇ ਮੈਂ ਤਾਂ ਉਦੋਂ ਹੀ ਆ ਜਾਂਦਾ, ਮੈਂ ਤਾਂ ਰਾਜਸਥਾਨ 'ਚ ਫਿਰਦਾ ਸੀਗਾ, ਕਿਸੇ ਜ਼ਮੀਨ ਦਾ ਰੌਲਾ ਸੀਗਾ।
ਮੈਂ ਤਾਂ ਜਦੋਂ ਦੱਸਿਆ ਕਿਸੇ ਬੰਦੇ ਨੇ ਫੋਨ ਕਰਕੇ ਵੀ ਆਹ ਗੱਲ ਬਣ ਗਈ, ਮੈਂ ਤਾਂ ਵਿਚਾਲੇ ਛੱਡ ਕੇ ਭੱਜਿਆ ਸਾਰਾ ਕੁਛ। ਮੈਂ ਕਿਹਾ ਮੈਨੂੰ ਪਹਿਲਾਂ ਉੱਥੇ ਜਾਣ ਦੇ, ਆਹ ਦੇਖ ਲਓ ਆਹ ਕੁਛ ਕਰ ਗਏ। ਕੋਈ ਗੱਲ ਨਹੀਂ, ਬਥੇਰੀਆਂ ਚੀਕਾਂ ਮਾਰੀਆਂ, ਕੋਈ ਆਇਆ ਨੀ, ਚੀਕਾਂ ਤੇ ਵੀ ਨੀ ਆਇਆ। ਬੇਬੇ ਚੀਕਾਂ ਨਾਲ ਕਹਿੰਦਾ ਛੱਟਾਂ ਹਟਦੀਆਂ ਹੁੰਦੀਆਂ, ਜਾਂ ਬੰਦਾ ਘੱਟ ਘੋੜਦਾ ਹੁੰਦਾ, ਅਗਲਾ ਤਾਂ ਉਹਨੇ ਵੱਧ ਘੋੜਦਾ ਹੁੰਦਾ ਜਿੰਨੀ ਚੀਕਾਂ ਵੱਧ ਮਾਰਾਂਗੇ। ਮੇਰੇ ਦੇਖੇ ਹੋਏ ਤਜਰਬੇ ਕਰਵੇ ਹੋਣ ਦੇ ਹਿਸਾਬ ਨਾਲ ਅਗਲਾ ਚੀਕ ਜੀ ਮਾਰਦਾ ਹੋਰ ਲਾਏ ਤੇ, ਚੁੱਪ ਕਰਕੇ ਬਸ ਜਿਹੜਾ ਕੁਝ ਬਣਨਾ ਸੀ ਬਣ ਗਿਆ, ਹੁਣ ਤਾਂ ਕੋਈ ਫਾਇਦਾ ਨੀ ਗਾ। ਮੈਂ ਤੈਨੂੰ ਬਹੁਤ ਸਮਝਾਇਆ ਸੀਗਾ, ਚੱਲ ਕੋਈ ਗੱਲ ਨੀ, ਇੱਕ ਗੱਲ ਮੰਨ ਮੇਰੀ, ਜਿਹੜੇ ਤੇਰੇ ਨੇ ਛੱਟਾਂ ਮਾਰੀਆਂ ਨਾ ਕੋਈ ਗੱਲ ਨੀ, ਇੱਕ ਨਾ ਇੰਨਾ ਇੰਨਾ ਕਰਕੇ ਬਦਲੇ ਲੈ ਲੂੰਗਾ। ਮੈਨੂੰ ਬਹੁਤ ਅਰਖ ਚੜ੍ਹ ਜਾਂਦਾ ਇਹ, ਜਿੱਦਣ ਵੀ ਜਾਦੇ ਆ ਪੁੱਤ ਕੀ ਕਰਾਂ ਮੈਂ, ਮੰਨੀ ਨੀ ਗੱਲ ਜਮਾਂ ਵੀ। ਬੇਸ਼ੱਕ ਕੋਈ ਗੱਲ ਨੀ, ਹੈ ਤਾਂ ਸ਼ੇਰ ਨੀ ਨਾ, ਕੋਈ ਗੱਲ ਨੀ, ਭਾਵੇਂ ਉਹ ਕੁੱਟੀ ਗਏ, ਕੋਈ ਗੱਲ ਨੀ, ਦਿਮਾਗ 'ਚ ਬਹੁਤ ਕੁਛ ਘੁੰਮੀ ਜਾਂਦਾ ਮੇਰੇ। ਪਾਈ ਪਾਈ ਦਾ ਕਹਿੰਦੇ ਆਪਣੇ ਜਿਵੇਂ ਬਣੇ ਕਹਿੰਦੇ ਹੁੰਦਾ, ਪਾਈ ਪਾਈ ਦਾ ਹਿਸਾਬ ਲੈ ਲੂੰਗਾ, ਉਹ ਗੱਲ ਆ ਗਾ, ਪਾਈ ਪਾਈ ਦਾ ਹਿਸਾਬ ਲੈ ਲੂੰ, ਮੌਕਾ ਆਉਣ ਤੇ ਕੋਈ ਗੱਲ ਨੀ। ਜੇ ਸਕੀਮ ਉਹ ਲਾ ਸਕਦੇ ਨਾ ਤੇ ਸਕੀਮ ਫਿਰ ਮੈਂ ਵੀ ਲਾ ਸਕਦਾ, ਇਹੋ ਜਿਹੀ ਸਕੀਮ ਲਾਊਂਗਾ। ਸਾਰੀ ਉਮਰ ਬਾਹਰ ਕਿਉਂ ਆਉਣਾ ਉਹਨਾਂ ਨੇ, ਕੋਈ ਗੱਲ ਨਹੀਂ, ਉਹਨਾਂ ਨੇ ਤਾਂ ਲੱਤਾਂ ਤੋੜ ਕੇ ਛੱਡ ਸਾਰਤਾ, ਜਿੱਦੇ ਮੇਰੇ ਡਿੱਕੇ ਚੜ੍ਹ ਗਏ ਨਾ, ਇਹੋ ਜਿਹੇ ਲੱਤਾਂ ਤੋੜੂ ਨਾ ਤਾਂ ਡਾਕਟਰ ਦੇ ਅਕਸਰ 'ਚ ਆਉਣਾ ਵੀ ਕੀ ਹੋ ਗਿਆ, ਅਤੇ ਨਾ ਹੀ ਲੱਤ ਕਿਸੇ ਤੋਂ ਜੁੜਨੀ ਆ। ਪਛਤਾਉਣਗੇ ਮੰਜੇ 'ਤੇ ਪਏ ਪਏ ਵੀ ਆਹ ਕੀ ਕਰ ਲਿਆ ਸੀ ਸਾਰੀ ਉਮਰ। ਬਸ ਬੁੱਤ ਹੁਣ ਆਹ ਹਾਲ ਕਰਤਾ ਇਹਦਾ, ਮੈਂ ਕੀ ਕਰਾਂ, ਚੰਗੇ ਡਾਕਟਰ ਨੂੰ ਦਿਖਾਇਆ। ਤੂੰ ਹੌਂਸਲਾ ਰੱਖ, ਜਦੋਂ ਮੈਂ ਨਹੀਂ ਘਬਰਾਉਂਦੀ ਤੂੰ ਕਿਉਂ ਵੀ ਹੌਂਸਲਾ ਡਿੱਗੀ ਜਾਂਦੀ ਆ। ਚੱਲ ਕੋਈ ਗੱਲ ਨਹੀਂ, ਪਰਮਾਤਮਾ ਨੇ ਫਿਰ ਵੀ ਕੱਖ ਕਰਾਵੇ, ਡਾਕਟਰ ਨੂੰ ਦਿਖਾਇਆ ਸੀ ਚੰਗੇ ਨੂੰ, ਚੱਲ ਫਿਰ ਵੀ ਸ਼ੁਕਰ ਹੈ। ਕੀ ਕਹਿੰਦਾ, ਫ੍ਰੈਕਚਰ ਹੀ ਆ? ਕੀ ਕਹਿੰਦੇ ਭਾਈ, ਫ੍ਰੈਕਚਰ ਹੀ ਹੈ? ਚੱਲ ਕੋਈ ਗੱਲ ਨਹੀਂ, ਬੜਾ ਵੱਡਾ ਕੰਮ ਨਹੀਂ, ਤੋਰਾ ਫੇਰਾ ਨਹੀਂ ਇਹਦੇ ਕਰਨਾ ਜ਼ਿਆਦਾ। ਗੱਲ ਹੋਰ, ਕੋਈ ਡਾਕਟਰ ਡੁਕਟਰ ਤਾਂ ਨਹੀਂ ਲਿਖਾਈ ਠਾਣੇ? ਅਸੀਂ ਨੇ ਕਿ ਉਹਨਾਂ ਨੇ? ਨਾ ਤੁਸੀਂ ਉਹਨਾਂ ਕਾਹਦੀ ਲਿਖਾਉਣੀ? ਅਸੀਂ ਕਿਹੜੀ, ਮੈਂ ਤਾਂ ਇਹਦੀ ਉਲਟ ਗਈ, ਮੈਂ ਕਿਹੜੇ ਲਿਖਾਤੀ ਰਪਟ, ਮੈਂ ਤਾਂ ਉਲਟ ਜੀ ਪਈ ਆ। ਮੈਂ ਤਾਂ ਵਿਆਹ ਗੱਲ ਜੀ ਕੀ, ਮੈਂ ਕਹਿੰਦੀ ਤੂੰ ਉਹਨਾਂ ਨੇ ਕਾਹਦੀ ਲਿਖਾਉਣੀ ਜੀ, ਇਸ ਬੰਦੇ ਨੂੰ ਕੁੱਟ ਕੇ ਕੀ ਆ? ਮੈਂ ਕਿਹਾ ਇਹ ਜੀ ਨੇ ਉਹ ਮਾੜੇ ਬੰਦੇ ਸੀ, ਉਹ ਬਹੁਤ ਜ਼ਿਆਦੇ। ਮੇਰੀ ਤਾਂ ਸੁਣੀ ਨੀ, ਮੇਰੇ ਤਾਂ ਹੱਥ ਬੰਨੇ ਵੀ ਉਹਨਾਂ ਨੇ ਦੇਖੇ ਨੀ ਵੀ ਕੱਲੀਆਂ ਬੁੜੀਆਂ ਨੇ। ਚੱਲ ਛੱਡ ਦੇ ਫਿਰ ਖਿਆਲ ਸਾਰਾ, ਕੋਈ ਰਾਵਟ ਕੋਈ ਕੁਛ ਨਹੀਂ ਦੇਣਾ ਆਪਾਂ, ਹੁਣ ਮੈਂ ਜਾਣਾ ਤੇ ਮੇਰਾ ਕੰਮ ਜਾਣੇ, ਬਸ ਐਂ ਰਹਿਣ ਦੇ, ਮਾਪੀ ਨੂੰ ਮੇੜੂੰਗਾ ਬਸ। ਠੀਕ ਹੈ, ਮੈਂ ਸੋਚ ਲਿਆ ਵੀ ਹੁਣ ਇਹਦੇ ਬਾਅਦ ਕੀ ਕਰਨਾ ਕੀ ਨਹੀਂ ਕਰਨਾ, ਗਿੱਟੇ ਤੇ ਹੀ ਮਾਰੀ ਗਏ ਡੰਡੇ ਗਿੱਟੇ ਤੇ ਹੀ। ਚੱਲ ਕੋਈ ਨਹੀਂ ਬੇਬੇ, ਆਹ ਦੇਖ ਦੁੱਖ ਲੱਗਦਾ ਕੁੜੀ ਦੇ, ਥੋੜ੍ਹਾ ਹਿਸਾਬ ਨਾਲ, ਕੋਈ ਗੱਲ ਨਹੀਂ, ਉਹ ਤਾਂ ਜਿਹੜੇ ਮਾਰਨੇ ਸੀ ਮਾਰ ਲਏ, ਪਰ ਆਪਾਂ ਫਿਰ ਹੁਣ ਕੱਲ੍ਹ ਨੂੰ ਜਾਣਾ ਸੀਗਾ, ਕਿਵੇਂ ਕਰਕੇ? ਉਹੀ ਤਾਂ ਮੈਂ ਕਹਿੰਦੀ, ਆਪਾਂ ਤਾਂ ਜਾਣਾ ਸੀ, ਆਹ ਬਿਠਾ ਦੀ ਮੰਜੇ 'ਚ, ਤਾਂ ਕਿਵੇਂ ਜਾਊਂਗੀ ਇਹਨੂੰ ਲੈ ਕੇ? ਲੈ ਅੰਕਲ, ਮੁੰਡੇ ਨੂੰ ਪੁੱਛੋ ਤੁਸੀਂ। ਓਹੋ, ਆਪਾਂ ਉਦੇ ਵਗ ਜਾਂਦੇ ਵਧੇ ਰਹਿੰਦੇ ਉਹਦੇ, ਤੁਸੀਂ ਕਹਤਾ ਚੱਲ ਮੁੰਡਾ ਕਹਿੰਦਾ ਮੈਨੂੰ ਕੰਮ ਆ ਬਾਹਰ ਵਗ ਗਿਆ ਸੀਗਾ, ਚੱਲ ਉਹਨੇ ਐਂ ਕਹਿਤਾ ਮੈਂ ਵਗ ਗਿਆ ਉੱਥੇ ਆਪਣਾ ਰਾਜਸਥਾਨ ਜ਼ਮੀਨ ਦਾ ਮਾਰ, ਮੈਨੂੰ ਤਾਂ ਕੰਮ ਨਿਬੜ ਜਾਂਦਾ, ਪਰ ਆਹ ਤਾਂ ਜਾ ਕੇ ਇੱਥੇ ਨਹੀਂ ਸੀ। ਚਲੋ ਕੋਈ ਗੱਲ ਨਹੀਂ, ਛੱਡੋ, ਮੈਂ ਕੋਈ ਬਣਾਉਣਾ ਸਕੀਮ, ਠੀਕ ਆ, ਆਪਾਂ ਹੋਰ ਸਕੀਮ ਲਾਵਾਂਗੇ, ਮੈਂ ਕੱਲ ਨੂੰ ਮੁੰਡੇ ਨੂੰ ਇੱਥੇ ਬੁਲਾ ਲੈਣਾ, ਲੈ ਕੇ ਪਰਮਾਤਮਾ ਦਾ ਨਾਂ ਸਿੱਧੇ ਹਾਰ ਹੀ ਪਾ ਦਿਆਂਗੇ, ਬਸ ਲੋੜ ਹੀ ਨੀ, ਕਹਿ ਦਾਂਗੇ ਭਈ ਆਹ ਗੱਲ ਬਣ ਗਈ, ਬਸ ਕੋਈ ਗੱਲ ਨੀ, ਵੀ ਛੱਡ ਦੇ ਕੋਈ ਗੱਲ ਨੀ, ਉਹ ਕਿਹੜਾ ਆਪਾਂ ਤੋਂ ਬਾਹਰ ਆਗਾ। ਤੁਸੀਂ ਅੰਕਲ ਸਾਰੀ ਗੱਲ ਦੱਸ ਦਿਓ ਮੁੰਡੇ ਨੂੰ, ਕੋਈ ਵੀ ਗੱਲ ਦਾ ਉਰਲਾ ਨਾ ਰੱਖਿਓ। ਲੈ ਉਹੀ ਗੱਲ ਫੇਰ, ਉਰਲਾ ਮੈਂ ਕਾਹਦਾ ਰੱਖਣਾ, ਮੈਂ ਤੈਨੂੰ ਦੱਸਦੇ ਵੀ ਆਹ ਗੱਲ ਕਹਾਣੀ, ਮੈਂ ਤਾਂ ਪਹਿਲਾਂ ਦੱਸਦੀ ਪੂਰਾ ਪੂਰਾ ਗੱਲ, ਵੀ ਕੱਲ੍ਹ ਨੂੰ ਤੂੰ ਕਹੀਂ ਮੈਨੂੰ ਪਹਿਲਾਂ ਨੀ ਦੱਸਿਆ ਵੀ ਇੱਥੋਂ ਗੱਲ ਭਾਈ ਐਂ ਵਿਗੜੀ ਪਈ ਆ, ਵੀ ਕੱਲ੍ਹ ਨੂੰ ਤੂੰ ਕਹੀਂ ਭਾਈ ਮੈਂ ਉਰਲਾ ਰੱਖ ਕੇ ਐਂ ਗੱਲ ਕਰਦਾ, ਚੱਕਰੀ ਕੋਈ ਨੀ,
ਉਹਦਾ ਗੱਲ ਤੂੰ ਉਹ ਨਾ ਕਰ, ਮੈਂ ਤਾਂ ਪਤਾ ਇੰਨਾ ਵੀ ਪੜਦਾ ਵੀ ਰੱਖਦੇ, ਪੜਦਾ ਰੱਖ ਕੇ ਆਪਾਂ ਕੀ ਕਰਾਂਗੇ, ਦੋ ਦਿਨ ਗੱਲ ਫਿਰ ਮੂਹਰੇ ਆ ਜਾਊਗੀ। ਕਰਨਾ ਨਾ ਕਿਸੇ ਨੂੰ ਕਰਨ ਦੇਣਾ, ਬਸ 9, 3, 27, 10, 30 ਹੁੰਦੇ ਆਪਾਂ ਉਹੀ ਰੱਖਣੇ ਹੈਗੇ, ਆਪਾਂ ਦੇ ਹਿਸਾਬ ਨਾਲ ਕਿਵੇਂ ਬਦਲਿਆ, ਆਪਾਂ ਕਿਵੇਂ ਕਹਿੰਦੇ 35 ਹੁੰਦੇ ਨਹੀਂ ਕਹਿ ਸਕਦੇ, ਜਦੋਂ 30 ਹੁੰਦੇ ਤੇ 30 ਰਹਿਣਗੇ। ਕੋਈ ਤਾਂ ਹੀਲਾ ਕਰਨਾ ਹੀ ਪਊ ਪੁੱਤ ਹੁਣ। ਹਾਂਜੀ ਅੰਕਲ, ਕੋਈ ਚੰਗੀ ਜਿਹੀ ਸਕੀਮ ਲਾਓ, ਮੇਰਾ ਤਾਂ ਆਪ ਨਾ ਖੂਨ ਦੌਰਾ ਖਾਈ ਜਾਂਦਾ, ਵੀ ਚੰਨੀ ਨੂੰ ਨਾ ਛੱਡਣਾ ਨਹੀਂ ਹੈਗਾ ਹੁਣ। ਖੂਨ ਛੋਟਾ ਵਾਲੇ ਖਾਂਦਾ ਨਾ, ਮੇਰਾ ਤਾਂ ਉਦੋਂ ਵੀ ਵਾਲੇ ਖਾਂਦਾ, ਬਸ ਹੁਣ ਚੁੱਪ 'ਚ ਹੀ ਰਹੋ, ਹੁਣ ਤਾਂ ਮੈਨੂੰ ਕੋਈ ਟਿਕਾਉਣ ਵਾਲਾ ਚਾਹੀਦਾ, ਅਤੇ ਮੈਂ ਹੁਣ ਟਿਕਣ ਵਾਲਾ ਹੈ ਨੀਗਾ, ਬਸ ਹੁਣ ਤਾਂ ਕੁਛ ਕਰਨ ਦੀ ਲੋੜ ਹੀ ਨਹੀਂ, ਜਿਹੜਾ ਕੁਛ ਕਰਨਾ ਨਾ ਹੁਣ ਮੈਂ ਇਹ ਕਰੂੰਗਾ, ਬਸ ਤੁਸੀਂ ਤੱਕ ਜਿਹੜਾ ਕੰਮ ਕਰਨਾ ਪਹਿਲਾਂ ਆਪਾਂ ਉਹ ਕਰੀਏ, ਸਾਨੂੰ ਪਹਿਲਾਂ ਛੋਟਾ ਕੰਮ ਨਿਬੇੜ ਦਿਆਂ, ਉਦੋਂ ਬਾਅਦ ਮੈਂ ਦੇਖਦਾ ਮੈਂ ਕੀ ਕਰਨਾ ਅਤੇ ਕੀ ਨਹੀਂ ਕਰਨਾ, ਠੀਕ ਹੈ। ਚੱਲ ਮੈਂ ਹੁਣ ਜਾਂਦਾ ਗਾ ਅਤੇ ਜਾ ਕੇ ਫੋਨ ਲਾਉਣਾ ਮੁੰਡੇ ਨੂੰ, ਠੀਕ ਹੈ, ਉਹਨੂੰ ਬੁਲਾ ਕੇ ਇਹ ਕੰਮ ਨਿਬੇੜ ਦੇਵੀ। ਹਾਂ ਪਹਿਲਾਂ ਇਹੀ ਕੰਮ ਕਰੋ। ਹਾਂ ਕੋਈ ਚੱਕਰੀ ਕੋਈ ਨਹੀਂ, ਠੀਕ। ਚੱਲ ਬੇਬੇ ਠੀਕ ਹੈ ਫਿਰ, ਹੁਣ ਚਾਹ ਬਣਾ ਲੈਂਦੇ ਕੁੱਟ, ਮੈਨੂੰ ਲੈ ਬੇ ਤੂੰ ਚਾਹ ਭਾਲਦੀ ਆ, ਮੇਰੇ ਤਾਂ ਅਗਲੀਆਂ ਪਿਛਲੀਆਂ ਚਾਹਾਂ ਬਾਹਰ ਆਈ ਜਾਂਦੀਆਂ, ਕਿਹੜੀ ਚਾਹ ਤੂੰ ਦੇਖਦੀ ਜਾ, ਹੁਣ ਜਿਹੜੇ ਟੰਗੀਆਂ ਪਈਆਂ ਨੇ ਕੰਧਾਂ 'ਤੇ ਮੇਰੀਆਂ ਰਫਲਾਂ, ਹੁਣ ਮੈਨੂੰ ਪਤਾ ਲੱਗ ਗਿਆ ਟਾਈਮ ਆ ਗਿਆ, ਹੁਣ ਉਹ ਲਾਉਣੀਆਂ ਪੈਣੀਆਂ। ਪੁੱਤ ਐਡਾ ਕੰਮ ਨਾਪਦਾ ਹੀ ਬੇਬੇ, ਹੁਣ ਤਾਂ ਵਧੂਗਾ, ਜਿਹੜੀ ਆਹ ਮੇਰੇ ਦਿਸੀ ਜਾਂਦੇ ਚਿੱਟੀ ਪੱਟੀ, ਮੇਰੇ ਪਾਸ ਦਿਮਾਗ 'ਚ ਇਹੀ ਘੁੰਮੀ ਜਾਂਦੀ ਆ, ਹੁਣ ਦੇਖ ਤੂੰ ਕਿਹੜੇ ਲੋਟ ਕਥਣਗੇ, ਉਹ ਤਾਂ ਕੁੱਟ ਕੇ ਸਾਰ ਗਏ ਸੀ, ਮੈਂ ਹੁਣ ਕੁੱਟ ਕੇ ਨਹੀਂ ਸਾਰਦਾ, ਮੈਂ ਤਾਂ ਐਂ ਨਹੀਂ ਪਤਾ ਲੱਗਦਾ ਜੇ ਘਰੇ ਵੱਗ ਗਿਆ ਸਾਰੇ ਟੱਬਰ ਨੂੰ ਹੀ ਖਤਮ ਕਰਦਾ, ਇਹ ਤਾਂ ਹੁਣੇ ਹੀ ਇੱਕ ਦਿਨ ਹੋ ਕੇ ਹੀ ਰਹੂਗਾ, ਐਂ ਤਾਂ ਫਿਰ ਉਹ ਬਾਹਲਾ ਤਾਹਾਂ ਵੱਗ ਜਾਣਗੇ, ਹੁਣ ਮੈਂ ਤਾਹਾਂ ਨਹੀਂ ਜਾਣ ਦਿੰਦਾ, ਹੁਣ ਉਹਨਾਂ ਜਿਨ੍ਹਾਂ ਦੀ ਸਹਿਤ ਉੱਡਦਾ ਨਾ ਉਹ ਵਿੱਚ ਹੀ, ਉਹਨਾਂ ਨੂੰ ਸਾਰਿਆਂ ਨੂੰ ਲਪੇਟ ਲੂੰਗਾ, ਸਭ ਕੁਝ ਜਾਣਦਾ ਮੈਂ ਕੀ ਕਰਨਾ ਅਤੇ ਕੀ ਨਹੀਂ ਕਰਨਾ। ਬਸ ਜਿਹੜਾ ਤੁਸੀਂ ਇੱਕ ਗੱਲ ਦੱਸਿਓ, ਜੇ ਕਿਸੇ ਚੀਜ਼ ਦੀ ਲੋੜ ਹੋਈ ਮੈਨੂੰ ਦੱਸ ਦੇ। ਬਸ ਅੰਕਲ ਕਿਸੇ ਚੀਜ਼ ਦੀ ਲੋੜ ਨਹੀਂ, ਬਸ ਤੁਹਾਡੇ ਨਾਲ ਆਵੇ, ਤੁਹਾਨੂੰ ਮੇਰੇ ਸਾਥ ਦੀ ਲੋੜ ਹੋਈ ਨਾ ਜਦੋਂ ਮਰਜ਼ੀ ਬੁਲਾ ਲਿਓ। ਬਸ ਮੈਨੂੰ ਆਹੀ ਗੱਲ ਚਾਹੀਦੀ ਸੀ, ਉਹ ਤੂੰ ਕਹਿਤੀ, ਬਸ ਹੁਣ ਮੈਂ ਜਾਣਾ ਅਤੇ ਮੇਰਾ ਕੰਮ ਜਾਣੇ। ਠੀਕ ਹੈ ਪੁੱਤ, ਜਿਹੜਾ ਵੀ ਕੰਮ ਕਰਨਾ ਸੋਚ ਸਮਝ ਕੇ ਕਰੀ। ਬੇਬੇ ਤੂੰ ਕਹਿੰਦੀ ਸੀ ਸਰਪੰਚ ਆਇਆ ਨਹੀਂ, ਉਹ ਤਾਂ ਵਿਚਾਰਾ ਹੈ ਹੀ ਨਹੀਂ ਸੀ ਪਿੰਡ 'ਚ। ਹਾਂ ਮੈਂ ਐਵੇਂ ਗੁੱਸਾ ਹੋ ਜਾਂਦੀ ਵੀ ਆਇਆ ਨਹੀਂ, ਦੇਖ ਲਓ। ਚੱਲ ਕੋਈ ਨਾ ਬੇਬੇ, ਹੁਣ ਨਾ ਸੋਚ ਕਰ ਤੂੰ, ਦੇਖੀ ਚੰਨੀ ਦੀ ਕਿਵੇਂ ਬੱਦਰੀ ਬਣਾਉਂਦਾ ਸਰਪੰਚ। ਹਾਂ ਠੀਕ ਹੈ, ਤੈਨੂੰ ਚਾਹ ਪਾਣੀ ਬਣਾ ਕੇ ਦੇਵਾਂ, ਕੁਛ ਦਰਦ ਹੋ ਜਾਂਦਾ। ਹਾਂ ਬੇਬੇ ਦਰਦ ਤਾਂ ਹੋ ਹੀ ਜਾਂਦਾ। ਚੱਲ ਪੁੱਤ ਨਾਲੇ ਮੈਂ ਗੋਲੀ ਲਿਆ ਦੇਣੀ ਹੈ ਅਤੇ ਨਾਲੇ ਘੁੱਟ ਚਾਹ ਬਣਾਉਣਾ ਤੇਰੇ ਵਾਸਤੇ। ਨਹੀਂ ਬੇਬੇ ਹੁਣ ਗੋਲੀ ਤੇ ਚਾਹ ਦੀ ਲੋੜ ਨਹੀਂ, ਇਹ ਦਰਦ ਤਾਂ ਉਹਦੇ ਆਰਾਮ ਆਊਗਾ ਜਦ ਤੱਕ ਚੰਨੀ ਦੀਆਂ ਹੱਡੀਆਂ ਨਹੀਂ ਤੋੜ ਦਿੰਦੀ ਮੈਂ। ਉਹ ਕਿਵੇਂ? ਕੋਈ ਨਾ ਬੇਬੇ, ਉਹ ਵੀ ਤੈਨੂੰ ਲੱਗ ਜੂ ਪਤਾ, ਮੈਂ ਵੀ ਤੇਰੀ ਧੀ ਆ, ਛੱਡਦੀ ਨੀ ਮੈਂ ਉਹਨੂੰ, ਤੂੰ ਹੀ ਪਤਾ ਨੀ ਕਿਵੇਂ ਭੋਲੀ ਜੀ ਬਣੀ ਰਹਿੰਦੀ ਆ। ਮੇਰਾ ਬਾਪ ਦੇਖ ਲਾ ਕਿੰਨਾ ਅਣਖੀ ਸੀਗਾ, ਅੱਜ ਤੱਕ ਕਿਸੇ ਤੋਂ ਉਹ ਨੀ ਕਹਾਈ ਤੇ ਤੂੰ ਮੈਨੂੰ ਆਪਦੇ ਵਰਗੀ ਬਣਾ ਰੱਖਿਆ ਸੀ। ਨੀ ਮੈਂ ਭੋਲੀ ਨੀ, ਮੈਂ ਮੈਨੂੰ ਤੁਹਾਡੀ ਲੋੜ ਹੈ, ਮੈਂ ਭੋਲੀ ਨੀ ਹੈਗੀ, ਮੈਨੂੰ ਤੁਹਾਡੀ ਲੋੜ ਹੈ, ਮੈਂ ਨਹੀਂ ਕਮਾ ਸਕਦੀ ਤੁਹਾਨੂੰ ਆਪਦੇ ਅੱਖਾਂ ਦੇ ਸਾਹਮਣੇ। ਬੇਬੇ ਜਦੋਂ ਜਾਣਾ ਨਾ ਬੰਦੇ ਨੇ ਜਾਣਾ ਹੀ ਆ, ਤੂੰ ਰੋਕ ਵੀ ਨੀ ਸਕਦੀ। ਚੱਲ ਨਾ ਪੁੱਤ ਇਹੋ ਜਿਹੀਆਂ ਗੱਲਾਂ ਨਾ ਕਰ, ਦਿਲ ਘਟਦਾ ਮੇਰਾ। ਸਾਰਾ ਕੰਮ ਹੋ ਗਿਆ ਕਲੀਅਰ, ਹੁਣ ਮੈਨੂੰ ਤੁਸੀਂ ਦਿਓ ਇਜਾਜ਼ਤ, ਠੀਕ ਹੈ? ਦੇਖ ਅੱਜ ਤੋਂ ਤੇਰੀ ਜ਼ਿੰਮੇਵਾਰੀ ਹੈ, ਠੀਕ ਹੈ ਨਾ? ਆਹੋ
ਜੇ ਕੋਈ ਦੁੱਖ ਆਉਂਦਾ ਜਾਂ ਤਕਲੀਫ ਆਉਂਦੀ ਆ ਤੇਰੀ ਆ, ਮੈਂ ਵੀ ਤੇਰੇ ਤੇ ਇਹਨਾਂ ਨੇ ਗੱਲ ਨਹੀਂ ਪੁੱਛੀ, ਮੈਨੂੰ ਸਾਰਾ ਜ਼ਿੰਮੇਵਾਰੀ ਤੇਰੀ ਮੈਂ ਲੈਤੀ ਹੈ। ਤੁਹਾਨੂੰ ਪਤਾ ਹੀ ਮੇਰੇ, ਬਸ ਮੈਂ ਇਹਨੂੰ ਸਾਰੀ ਗੱਲ ਦੱਸਤੀ ਤੇ ਅੱਜ ਤੋਂ ਬਾਅਦ ਪੁੱਤ ਬੇਬੇ ਹੁਣ ਤੂੰ ਵੀ ਆਪਦੇ ਘਰੇ ਜਾਂਦੀ ਹੋਊਗੀ, ਹੁਣ ਇੱਕ ਅੱਧਾ ਦਿਨ ਲਾ ਲਾ, ਉਸ ਤੋਂ ਬਾਅਦ ਆਪਦੇ ਘਰੇ ਲੱਗ ਜੀ। ਬੱਚਾ ਇਹ ਸਮਾਨ ਫੋਨ ਜਾਂ ਸਮਾਨ ਸਾਂਭ ਕੇ ਇਹਨਾਂ ਦਾ ਮੈਂ ਬਗ ਦੂੰ। ਬਸ ਠੀਕ ਹੈ, ਠੀਕ ਹੈ, ਇਹ ਆਪਾਂ ਸੋਚ ਸਮਝ ਕੇ ਫੈਸਲਾ ਲਿਆ ਸਾਰਾ। ਚੱਲ ਪਰਮਾਤਮਾ ਨੇ ਕਹਿੰਦੇ ਤੁਸੀਂ ਵਧੀਆ ਕਰਤਾ, ਆਪਦਾ ਬਹੁਤ ਬਹੁਤ। ਚੱਲ ਇਹਦਾ ਘਰ ਵਸ ਦਿੰਦਾ ਹੋਵੇ ਕਿ ਨਹੀਂ, ਹੋਰ ਚੱਲ ਕੋਈ ਗੱਲ ਨੀ, ਹੁਣ ਇਹ ਤੁਹਾਡੇ ਕੋਲ ਇੱਥੇ ਰਹੋ, ਕਿਤੇ ਨੀ ਜਾਂਦਾ, ਠੀਕ ਹੈ? ਹਾਂ ਬਸ ਹੁਣ ਸਾਰੀ ਆਪਦੀ ਜ਼ਿੰਮੇਵਾਰੀ ਸਾਂਭ ਕੇ ਰੱਖਿਓ ਹੁਣ, ਤੇ ਮੈਨੂੰ ਦਿਓ ਇਜਾਜ਼ਤ ਤੇ ਮੈਂ ਜਾਂਦਾ ਹਾਂ। ਪਰਮਾਤਮਾ ਜੋੜੀ ਬਣਾਈ ਰੱਖੇ, ਠੀਕ ਹੈ ਬੇਬੇ? ਚੱਲ ਠੀਕ ਹੈ, ਧੰਨਵਾਦ ਜੀ, ਤੇਰਾ ਵੀ ਬਹੁਤ ਬਹੁਤ ਧੰਨਵਾਦ ਜੀ। ਆ ਤਾਂ ਬਾੜੀ ਸੋਹਣੀ ਸੋਹਣੀ, ਇਹ ਵੀ ਇੱਕ ਦੇਵਤਾ ਹੀ ਹੈ ਸਰਪੰਚ ਹੈ ਜਿਹੜਾ, ਦੇਖ ਲਾ ਕਿੰਨਾ ਕਰਦਾ ਹੈ, ਹਰੇਕ ਦਾ ਕਰਦਾ, ਕੋਈ ਆਪਣਾ ਨੀ, ਹਰੇਕ ਦਾ ਕਰਦਾ ਹੈ, ਤੇ ਇਹਦਾ ਕੋਈ ਕਰੇ ਨਾ ਕਰੇ, ਇਹ ਕਰਦਾ ਸਭ ਦਾ ਫਾਇਦਾ ਕਰਦਾ, ਮਦਦ ਕਰਦਾ ਜਿੰਨੀ ਵੀ ਹੋਵੇ। ਔਰ ਪਰਮਾਤਮਾ ਆਪਾਂ ਤਾਂ ਕਹਿੰਦੇ ਇਹਨੂੰ ਰੰਗ ਭਾਗ ਲਾ ਗਏ, ਪਰਮਾਤਮਾ ਇੰਨੀ ਮਦਦ ਕਰਦਾ ਹੈ। ਜਾਨੀ ਆ ਪੁੱਤ, ਮੈਂ ਮਹੀਨਾ ਹੋ ਗਿਆ ਆਈ ਨੂੰ, ਚੱਲ ਹੁਣ ਆ ਤੁਹਾਡਾ ਵਿਆਹ ਹੋ ਗਿਆ, ਹੁਣ ਮੈਨੂੰ ਕੋਈ ਫਿਕਰ ਨੀ, ਖਿਆਲ ਰੱਖਣ ਵਾਲਾ ਹੈਗਾ ਮੇਰਾ ਪੁੱਤ, ਠੀਕ ਹੈ? ਬੇਬੇ ਹੋਰ ਰਹਿ ਲਾ ਦੋ ਕੁ ਦਿਨ, ਪਹਿਲਾ ਮਹੀਨਾ ਹੋ ਗਿਆ ਆਈ ਨੂੰ, ਫਿਰ ਹਜੇ ਤੇਰਾ ਜੀ ਭਰਿਆ ਹੀ ਨੀ ਹੈਗਾ। ਬੇਬੇ ਮਾਂ ਤਾਂ ਵੀ ਕਦੇ ਕਿਸੇ ਦਾ ਦਿਲ ਭਰਦਾ ਹੁੰਦਾ, ਮੈਨੂੰ ਉੱਥੇ ਵੀ ਕੋਈ ਟੀਕਦਾ ਪੁੱਤ। ਚੱਲ ਐਂ ਕਰੀ ਫਿਰ, ਭਰਾ ਵਾਸਤੇ ਨਾ ਕੁਛ ਲੈ ਜਾਈ ਖਾਣ ਨੂੰ। ਲੈ ਕੇ ਜਾਊਂਗੀ, ਉਹ ਤਾਂ ਉਹਦੀ ਬਾਗ ਫਰੋਗਾ ਗਈ ਦਾ ਹੀ, ਕੀ ਲਿਆਈਏ ਕੀ ਲਿਆਈਏ ਨਾਨੀ, ਕੀ ਲਿਆਈਆਂ, ਠੀਕ ਹੈ? ਚੱਲ ਠੀਕ ਹੈ ਪੁੱਤ, ਠੀਕ ਹੈ, ਹਾਂ ਖਿਆਲ ਰੱਖਿਓ। ਚੰਗਾ ਮਾਂ, ਛੱਡ ਕੇ ਆਈਏ ਕਿ ਵਗ ਜਾਈਂ? ਨਾ ਬਸ ਕੋਈ ਨਹੀਂ, ਵਗ ਜੂੰ ਤੇ ਤੁਸੀਂ ਵੀ ਗੇੜਾ ਮਾਰ ਲਿਓ। ਨਾ ਕੋਈ ਨਹੀਂ ਜਾਮ, ਹਾਂ ਧਿਆਨ ਨਾਲ ਜਾਈ। ਹਾਂ ਚੰਗਾ ਪੁੱਤ, ਠੀਕ ਹੈ, ਫੋਨ ਕਰਦੀ ਜ਼ਰੂਰ, ਪਹੁੰਚ ਜੇ। ਹਾਂ ਹਾਂ, ਬੇਚਾਰੀ ਬੇਬੇ ਨੇ ਨਾ ਔਖੇ ਟਾਈਮ 'ਚ ਮੇਰਾ ਬਹੁਤ ਸਾਥ ਦਿੱਤਾ, ਕਦੇ ਕਦੇ ਤਾਂ ਸੜੇ ਜੇ ਚੰਨੀ ਪਿੱਛੇ ਲੱਗ ਕੇ ਪਤਾ ਨਹੀਂ ਮੈਨੂੰ ਕੀ ਕੁਛ ਬੋਲਦੀ, ਫਿਰ ਬੇਚਾਰੀ ਘੰਟੇ ਕੁ ਬਾਅਦ ਉਮੀਦ ਹੀ ਹੋ ਜਾਂਦੀ, ਕੱਲ ਚੰਗੀ ਹੁੰਦੀ ਤੁਸੀਂ। ਹਾਂਜੀ ਹਾਂਜੀ, ਬੇਬੇ ਤਾਂ ਬਹੁਤ ਚੰਗੇ ਨੇ, ਜਿਵੇਂ ਬੇਬੇ ਤੁਹਾਡਾ ਧਿਆਨ ਰੱਖਦੀ ਮੈਂ ਵੀ ਤੁਹਾਡਾ ਧਿਆਨ ਉਵੇਂ ਰੱਖੂੰਗਾ। ਹਾਂ ਹਾਂ, ਮੈਨੂੰ ਵੀ ਤੁਹਾਡੇ ਤੋਂ ਹੀ ਉਮੀਦ ਸੀਗੀ, ਨਾਲੇ ਸਰਪੰਚ ਅੰਕਲ ਕਦੇ ਮੇਰਾ ਮਾੜਾ ਥੋੜਾ ਕਰ ਸਕਦੇ ਨੇ, ਉਹਨਾਂ ਨੇ ਮੇਰੇ ਵਾਸਤੇ ਚੰਗਾ ਹੀ ਕੀਤਾ। ਹਾਂਜੀ ਹਾਂਜੀ, ਉਹਨਾਂ ਨਾਲ ਤਾਂ ਆਪਣੀ ਘਰ ਵਾਲੀ ਗੱਲ ਹੀ ਹੈ। ਹੈਲੋ, ਵਧਾਈਆਂ ਰਵੀ ਤੈਨੂੰ। ਵਧਾਈਆਂ ਜੀ, ਵਧਾਈਆਂ ਤੁਹਾਨੂੰ ਵੀ, ਵਧਾਈਆਂ ਜੀ। ਹਾਂਜੀ ਹਾਂਜੀ, ਜ਼ਿਆਦਾ ਹੀ ਕੰਮ ਕਰ, ਨਹੀਂ ਨਹੀਂ ਜੀ, ਸਰਪੰਚ ਨੂੰ ਕੁਛ ਨਹੀਂ ਪਤਾ ਲੱਗਿਆ ਜੀ। ਠੀਕ ਆ, ਹੋਇਆ ਨੀ, ਚੱਲ ਚੱਲ ਕੱਟਦਾ ਫੋਨ, ਮੈਂ ਬਾਹਲੀ ਵਾਰੀ ਫੋਨ ਤਾਂ ਨਹੀਂ ਲਾਇਆ ਕਰਨਾ, ਬਸ ਯਾਦ ਰੱਖੀ। ਹਾਂ, 3 ਕਿੱਲੇ ਤੇਰੇ ਪੱਕੇ ਆ, ਤੇ 3-3 ਇਹ, ਹਾਂ ਰਾਜਾ ਬਣ ਜਾਏਗਾ, ਕਿੱਧਰ ਕੋ ਹੋਰ ਆ ਵੀ ਨਹੀਂ ਸੀ। ਹਾਂ ਸਿਆਣਾ ਹੈ ਤੂੰ, ਚੱਲ ਠੀਕ ਆ, ਓਕੇ, ਚੰਗਾ ਬਸ ਯਾਦ ਰੱਖੀ, ਮੈਨੂੰ ਫੋਨ ਨਾ ਕਰਨਾ ਪਵੇ, ਦੇਖ ਲਾ ਹੁਣ ਦੋਸਤ ਬਣ ਕੇ ਰਹੇ ਤਾਂ ਚੰਗਾ, ਜੇ ਦੁਸ਼ਮਣੀ ਪੈ ਗਈ ਨਾ, ਜੇ ਤੈਨੂੰ ਪਤਾ ਹੀ ਆ ਮੇਰਾ। ਨਹੀਂ ਨਹੀਂ ਜੀ, ਤੁਹਾਡੇ ਨਾਲ ਦੁਸ਼ਮਣੀ ਪਾ ਗਈ, ਮੈਂ ਮਰਨਾ ਜੀ। ਠੀਕ ਹੈ, ਚੱਕ ਆਪਾਂ ਦਾ ਕੰਮ ਤਾਂ ਹੋ ਗਿਆ।
ਚੱਲ ਬੁਲਬੁਲ ਨੂੰ ਦੱਸੀ ਕਿਹਦਾ ਫੋਨ ਸੀ? ਫਰੈਂਡ ਦਾ ਫੋਨ। ਅੱਛਾ, ਕੀ ਕਹਿੰਦੇ ਫਿਰ ਫਰੈਂਡ? ਉਹ ਪਾਰਟੀ ਮੰਗਣੀ ਗਿਆ ਜੀ, ਮੈਂ ਵਧਾਈ ਆਂਦੇ। ਫਿਰ ਦੇ ਦਿਓ ਪਾਰਟੀ, ਇਹ ਚ ਕੀ ਵੱਡੀ ਗੱਲ ਆ, ਹੈ ਨਹੀਂ ਪੈਸੇ? ਪੈਸੇ ਤਾਂ ਹੈਗੇ ਆ, ਪਰ ਇੱਥੇ ਨਹੀਂ ਨਾ, ਮੈਂ ਉੱਥੇ ਜਾ ਕੇ ਦੇਵਾਂਗੀ। ਠੀਕ ਹੈ, ਕੋਈ ਗੱਲ ਨਹੀਂ, ਜਦੋਂ ਜਾਣਾ ਹੋਏ ਦੇਵੇ ਪਾਰਟੀ, ਉਹ ਵੀ ਤਾਂ ਅਗਲੇ ਫਿਰ ਮੰਗਦੇ ਆ, ਜ਼ਰੂਰੀ ਆ। ਹਾਂਜੀ। ਚਲੋ ਐਂ ਦੱਸੋ, ਉਹਨਾਂ ਨੂੰ ਤਾਂ ਪਾਰਟੀ ਦੇ ਦਿਓ ਜੇ ਦੇਣੀ ਹੋਈ, ਤੁਸੀਂ ਕੀ ਖਾਣਾ, ਕੀ ਬਣਾ ਕੇ ਲਿਆਵਾਂ? ਕੁਛ ਨਹੀਂ। ਕਿਉਂ? ਤੁਸੀਂ ਦੱਸੋ ਜੀ, ਤੁਸੀਂ ਖਾਣਾ। ਲੈ, ਤੁਸੀਂ ਬਣਾਓਗੇ ਹੁਣ ਮੇਰੇ ਵਾਸਤੇ? ਨਹੀਂ, ਕਿਸੇ ਚੀਜ਼ ਦੀ ਲੋੜ ਨਹੀਂ ਹੈਗੀ, ਚਾਹ ਬਣਾ ਕੇ ਲੈ ਕੇ ਆਵਾਂ? ਬਣਾ ਲਈ। ਚਲ ਠੀਕ ਹੈ। ਚਾਹ ਤਾਂ ਤੈਨੂੰ ਮੈਂ ਪਿਆਉਂਗਾ, ਉਹ ਵੀ ਕਾੜ ਕੇ।